ਲੋਕ ਕਹਿੰਦੇ ਨੇ ਇਹ ਜਿਹੜਾ ਸਾਹਮਣੇ ਨਾਲਾ ਤੁਹਾਨੂੰ ਦਿਖਾ ਰਿਹਾ ਇਹ ਬਿਲਕੁਲ ਬਣ ਗਿਆ ਸੀ ਨਮਾ ਬਣਾਤਾ ਲੱਖਾਂ ਰੁਪਏ ਲਾਤੇ ਸਮਾਜ ਸੇਵੀਆਂ ਨੇ ਇਕੱਠੇ ਹੋ ਕੇ ਕਹਿੰਦੇ ਜਿਹੜੇ ਲੋਕ ਬਾਹਰ ਗਏ ਹੋਏ ਨੇ ਉਹਨਾਂ ਤੋਂ ਮਕਾਰ ਕੁਝ ਸਪੈਸ਼ਲ ਕਰਾਂਗੇ ਪਰ ਇਹ ਜਿਹੜਾ ਨਾਲਾ ਤੁਹਾਨੂੰ ਦਿਖਾਇਆ ਢਾ ਦਿੱਤਾ ਹੈ ਪ੍ਰਸ਼ਾਸਨ ਨੇ ਢਾਹਿਆ ਸਰਦ ਸਾਹਿਬ ਕੀ ਹੋਇਆ ਅਸੀਂ ਦੇਖ ਰਹੇ ਹਾਂ ਇਹ ਢੇ ਢੇਰੀ ਹੋਇਆ ਪਿਆ ਇਟਾਂ ਤੋੜੀਆਂ ਪਈਆਂ ਨੇ ਇਹ ਵੀ ਤੁਸੀਂ ਦੱਸ ਰਹੇ ਸੀ ਕਿ ਇਹ ਨਮਾ ਬਣਾਤਾ ਸੀ ਕੀ ਆ ਪੂਰੀ ਕਹਾਣੀ ਹੈ ਜੀ ਨਾਲਾ ਬਣਾਇਆ ਸੀ ਕਿਉਂਕਿ ਇਹ ਸਾਰੀਆਂ ਜਗ੍ਹਾ ਨੀਵੀਆਂ ਇਹਨਾਂ ਦੇ ਵਿੱਚ ਪਾਣੀ ਭਰ ਜਾਂਦਾ ਸੀ ਉਦੋਂ ਅਸੀਂ ਸੋਚਿਆ ਵੀ ਸਾਡੇ ਕੋਲੇ ਕੋਈ ਗ੍ਰਾਂਟ ਵਗੈਰਾ ਹੈ ਨਹੀਂ ਸੀ ਫਿਰ ਅਸੀਂ ਬਾਹਰ ਲੈਣਾ ਮੈਂ ਕੰਟੈਕਟ ਕਰਕੇ ਜੀ ਕੁਝ ਪੈਸੇ ਇਕੱਠੇ ਕਰਕੇ ਜਿੰਨਾ ਵੀ ਨਾਲਾ ਬਣਿਆ ਸੀ ਬਾਹਰ ਲਈ ਮਤਲਬ ਤੁਹਾਡੇ ਪਿੰਡ ਦੇ ਮੁੰਡੇ ਉੱਥੇ ਗਏ ਹੋਏ ਬਾਹਰ ਕੰਟਰੀ ਨਾਰਾਈ ਜੀ ਉਹ ਮੇਰੇ ਬਹੁਤ ਸਹਿਯੋਗ ਕਰਦੇ ਆ ਐਮ ਐਲ ਓ ਲਾਲਪ ਸਿੰਘ ਉੱਗੋਕੇ ਨੇ ਜੀ ਇੱਥੋਂ ਦੇ ਆਮ ਕਰਦੇ ਇਨਸਾਨ ਆਮ ਇੱਕ ਕਹਿੰਦੇ ਤੇ ਵੀ ਬਹੁਤ ਤੇ ਛੋਟੀ ਜੀ ਦੁਕਾਨ ਹੁੰਦੀ ਸੀ ਉੱਗੋਕੇ ਦੀ ਕਿ ਐਮ ਐਲ ਏ ਬਣੇ ਨੇ ਕਿ ਵਧੀਆ ਕੰਮ ਕਰਕੇ ਵੀ ਆ ਉੱਥੇ ਪਰ ਮੈਂ ਨਿੰਦ ਨਹੀਂ ਸੀ ਸਕਦੀ ਮੈਨੂੰ ਨਿੰਦਣਾ ਪੈ ਗਿਆ ਆਪਦੇ ਪਿੰਡ ਤੇ ਮਾਰਨ ਲੱਗਣਾ ਪਿਆ ਮੈਨੂੰ ਮੈਂ ਨ ਅਸੀਂ ਪੜੇ ਲਿਖੇ ਅਸੀਂ ਆਈ.ਡੀ.ਏ.ਡੀਆਂ ਡਿਗਰੀਆਂ ਕਰਕੇ ਵਿਦੇਸ਼ ਛੱਡ ਕੇ ਆ ਕੇ ਇੱਥੇ ਬੈਠੇ ਹਾਂ ਬਦਲਾਵ 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 ਆਏ ਆ ਜਾਂਦਾ ਬਦਲਾਵ ਆਉ ਜਾਂਦਾ ਗੋਲੀ ਨਾਲ ਜੇ ਤੁਸੀਂ ਲੋਕਰਾਜ ਤਰੀਕੇ ਨਾਲ ਬਦਲਾਵ ਕਰਨਾ ਚਾਹੁੰਦੇ ਤਾਂ ਅਸੀਂ ਡਾਰਵਿਨ ਥਿਊਰੀ ਪੜ੍ਹੀ ਹੈ ਅਸੀਂ ਥਿਊਰੀ ਆਫ ਇਵੋਲੂਸ਼ਨ ਪੜ੍ਹੀ ਹੈ ਜੀ ਦੇ ਵਿੱਚ ਸਾਨੂੰ ਸਿਖਾਇਆ ਗਿਆ ਲਾਈਫ ਸਾਇੰਸ ਵੀ ਜਿਹੜਾ ਬਦਲਾਵ ਅਰਬਾ ਖਰਬਾ ਸਾਲਾਂ ਚਾਹੁੰਦਾ ਇੱਕ 92 ਬੈੱਡ ਦਾ ਸਾਨੂੰ ਦਿਮਾਗੀ ਸੰਤੁਲਨ ਠੀਕ ਕਰਨ ਵਾਲਾ ਹਸਪੀਟਲ ਬਣਾਉਣਾ ਪੈਣਾ ਕਿਉਂਕਿ ਇਹਨਾਂ ਨੇ 92 ਜਿਤਾਤੇ ਠੀਕ ਹੈ ਤੇ ਇਹਨਾਂ ਦਾ ਹਿਲ ਗਿਆ ਦਿਮਾਗੀ ਸੰਤੁਲਨ ਇਹ ਕੋਈ ਮੈਂਟਲ ਹਸਪੀਟਲ ਕੋਈ ਇਹੋ ਜਿਹਾ ਇਹੋ ਜਿਹੀ ਕਿਸਮ ਦਾ ਹੁਣ ਬਣਾਉਣਾ ਪੈਣਾ ਜਿੱਥੇ ਉਹਨਾਂ ਨੂੰ ਸਮਝਾਇਆ ਜਾਵੇ ਕਿ ਨਾ ਇਹੋ ਜਿਹਾ ਕੰਮ ਨਾ ਕਰਿਆ ਕਰੋ ਅੱਜ ਮੈਂ ਸਾਰੀ মিডিਆ ਦੁਆਰਾ ਪੁੱਛਣਾ ਚਾਹਣਾ ਕਿ ਨਾ ਤਾਂ ਲੀਡਰ ਦੀ ਨਾ ਇੱਕ ਸੈਲੀਬ੍ਰਿਟੀ ਦੀ ਨਾ ਇੱਕ ਸਰਪੰਚ ਦੀ ਲਾਈਫ ਜਨਤਕ ਨਹੀਂ ਹੁੰਦੀ ਸਾਡੇ ਬੱਚੇ ਸਾਨੂੰ ਫੋਲੋ ਕਰਦੇ ਆ ਲੀਡਰਾਂ ਨੂੰ ਤੇ ਸਰਪੰਚਾਂ ਨੂੰ ਕੀ ਅਸੀਂ ਇਹ ਧਾਰਨ ਲਈਏ ਵੀ ਲਾਲ ਸਿੰਘ ਕਰਗਾ ਬਣ ਜਾ। ਪ੍ਰਸ਼ਾਸਨ ਦੇ ਜੋ ਅਧਿਕਾਰੀ ਸਿਓ ਇਹੀ ਕਹਿੰਦੇ ਸੀ ਵੀ ਸਾਨੂੰ ਤਾਂ ਐਮਐਲਏ ਸਾਹਿਬ ਦੀ ਬਾਰ ਬਾਰ ਫੋਨ ਕਾਲ ਆਉਂਦੀ ਹੈ ਵੀ ਤੁਸੀਂ ਨਾਲਾ ਕਿਉਂ ਨਹੀਂ ਢਾਉਂਦੇ। ਉਸ ਤੋਂ ਬਾਅਦ ਮੇਰੇ ਪਿੰਡ ਦੇ ਮੁੰਡੇ ਵੀ ਗਏ ਸੀ ਐਮਐਲਏ ਸਾਹਿਬ ਦੇ ਪਾਸ। ਉਹ ਕਹਿੰਦੇ ਵੀ ਨਹੀਂ ਅਸੀਂ ਨਹੀਂ ਢਾਉਣ ਦਿੰਦੇ ਅਸੀਂ ਰੋਕਦੇ ਆ। ਉਹਨਾਂ ਨੇ ਮੈਨੂੰ ਉੱਥੋਂ ਕਾਲ ਕਰਤੀ ਕਹਿੰਦੇ ਨਹੀਂ ਜੀ ਅਸੀਂ ਰਿਕਵੈਸਟ ਕਰਕੇ ਦੇਖ ਲਈ। ਐਮਐਲਏ ਸਾਹਿਬ ਮੰਨਦੇ ਨਹੀਂ ਇਹ ਤਾਂ ਢਾਉਣਾ ਹੀ ਪੈਣਾ ਵੀ ਤੁਸੀਂ ਇਹਨੂੰ ਰੋਕੋ ਨਾ। ਜਿਹਨੂੰ ਤੁਸੀਂ ਕਹਿੰਦੇ ਸੀ ਅਸੀਂ ਸਮਾਰਟ ਸਕੂਲ ਬਣਾਵਾਂਗੇ। ਸਮਾਰਟ ਸਕੂਲ ਦੇ ਮੂਰਤੀ ਨਾਲਾ ਜੀ ਭਗਵਾਨ ਸਿੰਘ ਮ ਜਿਹਨੂੰ ਤੁਸੀਂ ਕਹਿੰਦੇ ਹੋ ਐਸਸੀਪਰਾ ਉਹਨਾਂ ਦੇ ਸ਼ਮਸ਼ਾਨ ਘਾਟ ਦੇ ਮੂਰਦੀਨ ਨਾਲਾ ਜੀ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਅਸੀਂ ਸਪੋਰਟਸ 'ਚ ਬਦਲਾਵ ਕਰਾਂਗੇ ਆ ਖਿਡਾਰੀਆਂ ਦਾ ਨੈਟ ਲੱਗਿਆ ਉਥੋਂ ਇਹ ਨਾਲਾ ਕਿ ਐਡਾ ਹੰਕਾਰ ਵੀ ਆਪ ਦੇ ਜਹੀ ਭੇਜ ਕੇ ਜੇਸੇ ਵੀ ਭੇਜ ਕੇ ਇੱਥੇ ਇਹ ਨਾਲਾ ਟਵਾਤਾ ਸੰਤੂ ਸਭ ਕੋਈ ਸਰਕਾਰੀ ਪੈਸਾ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਗਰਾਂਟ ਨਹੀਂ ਮੰਗਾਈ ਵੀ ਉਹ ਪੈਸਾ ਲਾਇਆ ਇੱਕ ਇਕੱਠਾ ਕਰਕੇ ਚਾਹੇ ਐਨ ਆਰ ਆਈ ਤੋਂ ਮੰਗਾਇਆ ਉਹ ਇਕੱਠਾ ਕਰਕੇ ਲਾਇਆ ਵੀ ਕਿਤੇ ਨਾ ਕਿਤੇ ਇਹ ਤਾਂ ਸ਼ਰਿਆਮੇ ਧੱਕੇ ਵਜੀ ਹੋਗੀ ਵੀ ਭਾਈ ਤੇਰੇ ਫਾਦਰ ਸਾਹਿਬ ਨੂੰ ਕੀ ਤਕਲੀਫ ਸੀ ਜਿਹੜੀ ਸਲਫਾਸ ਖਾ ਗਿਆ ਮੈਂ ਸਾਰੇ ਪੰਜਾਬ 'ਚ ਇਹ ਸਵਾਲ ਪੁੱਛਦਾ ਵੀ ਕੀ ਕੋਈ ਮੀਡੀਆ ਵਾਲਾ ਉਸ ਤੋਂ ਜਾ ਕੇ ਸਵਾਲ ਪੁੱਛੇਗਾ ਕੀ ਕਰੀ ਆ ਸਰਕਾਰ ਵੀ ਹਜ਼ਾਰ ਕਰੋੜ ਰੁਪਇਆ ਪੰਜਾਬ ਛਪਿਆ ਪੀ ਸਰਪੰਚ ਕਿਤੇ ਖੁਰਤ ਬੁਰਤ ਨਾ ਕਰ ਦੇਣ ਉਹ ਲਾਣਤੀਓ ਇਹ ਕਾਨੂੰਨ ਕਿਉਂ ਆ ਇਹ ਅਫਸਰ ਕਿਉਂ ਬਿਠਾਏ ਨੇ ਜੇ ਸਰਪੰਚ ਖੁਰਤ ਬੁਰਤ ਕਰ ਦੇਣਗੇ ਜੋ ਕਰਦਾ ਉਹਦੇ ਹੱਥ ਵੜ ਦੋ ਲਾਭ ਸਿਆਂ ਹੋਸ਼ ਕਰ ਤੇਰੀ ਭੂਆ ਲੱਗਦੀ ਐ ਉਹ ਆ ਕੇ ਕੀ ਕੁਛ ਬੋਲ ਕੇ ਗਈ ਐ ਇਹ ਇਹ ਲੋਕਾਂ ਚ ਹੁਣ ਮੁਸ਼ਕਾ ਆਉਂਦਾ ਆ ਕੇ ਖੜੇ ਆ ਕੇ ਜੱਫੀ ਪਾਵੇ ਨਾ ਹੁਣ ਪਤਾ ਸ਼ਾਪਿੰਗ ਆ ਕਿੱਥੇ ਕਰਦਾ ਉਹ ਜਿਹੜਾ ਅਲੰਟਾ ਮਾਲ ਐ ਉੱਥੇ ਆਪਦੇ ਚਮਚਿਆਂ ਨੂੰ ਲੈ ਕੇ ਜਾਂਦਾ ਨੌਲੇਜ ਤਾਂ ਹੈ ਨਹੀਂ ਹਜੇ ਵੀ ਪਰਫਿਊਮ ਆਦੀ ਉਹਨਾਂ ਤੋਂ ਪੁੱਛਦਾ ਵੀ ਕਿਹੜਾ ਲਵਾਂ ਕਹਿੰਦਾ ਇਹਨਾਂ ਨੇ ਐਡਿਟ ਕਰਕੇ ਵੀਡੀਓ ਪਾਤੀ ਓ ਸ਼ਰਮ ਕਰ ਓਏ ਜੇ ਐਡਿਟ ਕਰਕੇ ਪਾਤੀ ਤਾਂ ਲਵਾ ਇਨਕੁਆਰੀ ਜੇ ਉਹ ਵੀਡੀਓ ਐਡਿਟ ਹੋਈ ਤਾਂ 10 ਲੋਕਾਂ ਦੀ ਕਚਹਿਰੀ 'ਚ ਮੈਂ ਕਹਿੰਦਾ ਵੀ ਮੈਂ ਫਲ ਬਿਠਾ ਦੂੰ ਜੇ ਉਹ ਵੀਡੀਓ ਐਡਿਟ ਹੋਈ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਜ਼ਿਲ੍ਹਾ ਸੰਗਰੂਰ ਦੇ ਹਲਕਾ ਪਧੌੜ ਬਲਾਕ ਸੈਣਾ ਦੇ ਪਿੰਡ ਰਾਮਗੜ੍ਹ ਵਿਖੇ ਮੌਜੂਦ ਹਾਂ ਜਿੱਥੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਕਿਤੇ ਨਾ ਕਿਤੇ ਜੇ ਗੱਲਬਾਤ ਕਰੀਏ ਇੱਥੋਂ ਸਮਾਜ ਸੇਵਕ ਪਿੰਡ ਵਾਸੀ ਇਕੱਠੇ ਹੋ ਕੇ ਪੈਸਿਆਂ ਨਾਲ ਉਹਨਾਂ ਨੇ ਇੱਕ ਨਾਲਾ ਬਣਾਇਆ ਤਸਵੀਰਾਂ ਦਿਖਾਵਾਂਗੇ ਕਿ ਜਿਹੜਾ ਪਿੰਡ ਦਾ ਸਰਪੰਚਾ ਚਾਹੇ ਪੰਚਾਇਤਾਂ ਭੰਗ ਹੋ ਚੁੱਕੀਆਂ ਨੇ ਪਰ ਪਿੰਡ ਦੀ ਪੰਚਾਇਤ ਲਗਾਤਾਰ ਕੰਮ ਕਰ ਰਹੀ ਹੈ ਪਿੰਡ ਦੇ ਲੋਕ ਕਹਿੰਦੇ ਨੇ ਇਹ ਜਿਹੜਾ ਸਾਹਮਣੇ ਨਾਲਾ ਤੁਸੀਂ ਤੁਹਾਨੂੰ ਦਿਖਾ ਰਿਹਾ ਹਾਂ ਇਹ ਬਿਲ ਰੁਪਏ ਲਾਤੇ ਸਮਾਜ ਸੇਬੀਆਂ ਨੇ ਇਕੱਠੇ ਹੋ ਕੇ ਕਹਿੰਦੇ ਜਿਹੜੇ ਲੋਕ ਬਾਹਰ ਗਏ ਹੋਏ ਨੇ ਉਹਨਾਂ ਤੋਂ ਮੰਗਾ ਲੈ ਕੁਝ ਪੈਸੇ ਗੱਲਬਾਤ ਵੀ ਕਰਾਂਗੇ ਪਰ ਇਹ ਜਿਹੜਾ ਨਾਲਾ ਤੁਹਾਨੂੰ ਦਿਖਾਇਆ ਢਾ ਦਿੱਤਾ ਹੈ ਪ੍ਰਸ਼ਾਸਨ ਨੇ ਢਾਹਿਆ ਢਾਉਣ ਤੋਂ ਬਾਅਦ ਪਿੰਡ ਦੇ ਲੋਕ ਇਕੱਠੇ ਹੋਏ ਉਹਨਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਫੋਨ ਕੀਤਾ ਗੱਲ ਕੀਤੀ ਕਿ ਮਾਨ ਸਾਹਿਬ ਸਾਡੇ ਨਾਲ ਤੱਕਾ ਹੋ ਰਿਹਾ ਮੌਕੇ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਨਾਲ ਤੱਕਾ ਕਰ ਰਹੀ ਹੈ ਪੂਰੀਆਂ ਤਸਵੀਰਾਂ ਦੇਖੋ ਕਿ ਪੂਰੇ ਪਿੰਡ ਦੇ ਵਾਸੀ ਇੱਥੇ ਇਕੱਠੇ ਹੋਏ ਨੇ ਉਸ ਤੋਂ ਬਾਅਦ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਗੋਵਿੰਦ ਸਿੰਘ ਸੰਧੂ ਇੱਥੇ ਪਹੁੰਚੇ ਅੱਜ ਪਹੁੰਚੇ ਨੇ ਤੇ ਲਗਾਤਾਰ ਜਾਇਜ਼ਾ ਲੈ ਰਹੇ ਨੇ ਕਿ ਕੀ ਹੋਇਆ ੱਤਕਾ ਕਿਵੇਂ ਦਾ ਹੋਇਆ ੱਤਕਾ ਨਹੀਂ ਹੋਣ ਦਵਾਂਗੇ ਇੱਥੋਂ ਤੱਕ ਕਹਿ ਰਹੇ ਨੇ ਸਭ ਤੋਂ ਪਹਿਲਾਂ ਪਿੰਡ ਰਾਮਗੜ੍ਹ ਦੇ ਸਰਪੰਚ ਸਾਡੇ ਨਾਲ ਮੌਜੂਦ ਨੇ ਰਾਜਾ ਸਰਪੰਚ ਨੇ ਰਾਜਮਨਦਰ ਸਿੰਘ ਰਾਜਾ ਸਰਪੰਚ ਸਾਹਿਬ ਕੀ ਹੋਇਆ ਅਸੀਂ ਦੇਖ ਰਹੇ ਹਾਂ ਇਹ ਢਾਈ ਢੇਰੀ ਹੋਇਆ ਪਿਆ ਇਟਾਂ ਤੋੜੀਆਂ ਪਈਆਂ ਨੇ ਇਹ ਵੀ ਤੁਸੀਂ ਦੱਸ ਰਹੇ ਸੀ ਕਿ ਨਵਾਂ ਬਣਾਤਾ ਸੀ ਕੀ ਆ ਪੂਰੀ ਕਹਾਣੀ ਇਹ ਜੀ ਇੱਥੇ ਸਕੂਲ ਦੇ ਵਿੱਚੋਂ ਪਾਣੀ ਬਾਹਰ ਨਹੀਂ ਸਿਉਂਦਾ ਜਦੋਂ ਬਾਰਿਸ਼ ਆਉਂਦੀ ਸੀ ਰਸਤਾ ਮੂਰੇ ਬੰਦ ਸੀ ਅੱਗੇ ਛੱਪੜ ਆ ਆ ਸਕੂਲ ਇੱਕ ਸਕੂਲ ਹੋ ਗਿਆ ਇੱਕ ਸਾਡੇ ਪਿੱਛੇ ਐਸਸੀ ਸਮਸਾਨ ਘਾਟ ਹੈ ਜੀ ਉਹਨਾਂ ਦੇ ਨਾਲ ਹੀ ਮਸੀਤ ਹੈ ਇਹ ਤਿੰਨਾਂ ਲਈ ਅਸੀਂ ਨਾਲਾ ਬਣਾਇਆ ਸੀ ਕਿਉਂਕਿ ਇਹ ਸਾਰੀਆਂ ਜਗ੍ਹਾ ਨੀਵੀਆਂ ਇਹਨਾਂ ਦੇ ਵਿੱਚ ਪਾਣੀ ਭਰ ਜਾਂਦਾ ਸੀ ਉਦੋਂ ਅਸੀਂ ਸੋਚਿਆ ਵੀ ਸਾਡੇ ਕੋਲੇ ਕੋਈ ਗ੍ਰਾਂਟ ਵਗੈਰਾ ਹੈ ਨਹੀਂ ਸੀ ਫਿਰ ਅਸੀਂ ਬਾਹਰ ਲੈਣਾ ਮੈਂ ਕੰਟੈਕਟ ਕਰਕੇ ਜੀ ਕੁਝ ਪੈਸੇ ਇਕੱਠੇ ਕਰਕੇ ਜਿੰਨਾ ਵੀ ਨਾਲਾ ਬਣਿਆ ਸੀ ਇਹ ਬਾਹਰਲੇ ਮਤਲਬ ਤੁਹਾਡੇ ਪਿੰਡ ਦੇ ਮੁੰਡੇ ਉੱਥੇ ਗਏ ਹੋਏ ਬਾਹਰ ਕੰਟਰੀ ਦੇ ਨਾਰਈ ਆ ਜੀ ਉਹ ਮੇਰੇ ਬਹੁਤ ਸਹਿਯੋਗ ਕਰਦੇ ਆ ਜਿੱਦੋਂ ਵੀ ਮੈਨੂੰ ਲੋੜ ਪੈਂਦੀ ਆ ਮੈਂ ਹੈਲਪ ਲੈ ਲੈਣਾ ਉਹ ਮੈਨੂੰ ਪੇਮੈਂਟ ਉਹਦੀ ਭੇਜ ਦਿੰਦੇ ਆ ਇੱਥੇ ਵੀ ਅਸੀਂ ਤਰ੍ਹਾਂ ਹੀ ਹੋਇਆ ਸੀ ਇਹ ਨਾਲੇ ਦੇ ਵਿੱਚ ਕੋਈ ਸਰਕਾਰੀ ਪੈਸਾ ਇੱਕ ਵੀ ਨਹੀਂ ਲੱਗਿਆ ਗਿਆ ਚਾਹੇ ਕੋਈ ਰਿਕਾਰਡ ਚੈੱਕ ਕਰ ਲੇ ਇਹ ਸਾਰਾ ਪੈਸਾ ਜਿੰਨਾ ਸੀ ਸਾਡੇ ਆਪ ਦੇ ਪੱਲਿਓ ਲਾਇਆ ਗਿਆ ਸੀ ਬਾਹਰਲੇ ਨਾਰਈਆਂ ਨੇ ਭ ਕਿਹੜੀ ਰਾਂਜਸ ਨਾਲ ਬਿਲਕੁਲ ਇੱਥੇ ਕਿੰਨਾ ਕੁ ਪੈਸਾ ਲੱਗਾ ਸੀ ਤੁਸੀਂ ਇਹ ਨਾਲੇ ਤਕਰੀਬਨ ਲੱਗ ਗਿਆ ਹੋਣਾ ਜੀ 4-5 ਲੱਖ ਰੁਪਇਆ ਅੱਛਾ ਹਾਂਜੀ ਤੇ ਉਸ ਤੋਂ ਬਾਅਦ ਠੇਠੇ ਰੀ ਕੀਨੇ ਕਰਿਆ ਕੌਣ ਆਇਆ ਇੱਥੇ ਕਿਹਨੇ ਜੀਸੀਬੀ ਭੇਜੀ ਪਾਸਨ ਵੱਲੋਂ ਹੀ ਆਏ ਆ ਜੀ ਕੋਈ ਕਹਿੰਦੇ ਵੀ ਨਹੀਂ ਸਾਨੂੰ ਤਾਂ ਮਤਲਬ ਫਰਮਾਨ ਹੈ ਸਰਕਾਰ ਵੱਲੋਂ ਵੀ ਇਹ ਨਾਲਾ ਜਿਹੜਾ ਇਨੂੰ ਇੱਥੇ ਨਹੀਂ ਰਹਿਣ ਦੇਣਾ ਇਹਨੂੰ ਢਾਓ ਇਹਦੇ ਵਿੱਚ ਇਹ ਉੱਚਾ ਬਣਾਤਾ ਇਹ ਨੀਵਾ ਬਣਾਤਾ ਮਤਲਬ ਕੋਈ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਜੀ ਠੀਕ ਹੈ ਕੋਈ ਪੈਸਾ ਸਰਕਾਰੀ ਨਹੀਂ ਸੀ ਆਪਣੇ ਇਕੱਠੇ ਕਰਕੇ ਪਿੰਡ 'ਚੋਂ ਇਕੱਠੇ ਕਰੇ ਹੋਰ ਪਿੰਡ 'ਚੋਂ ਵੀ ਕਰੇ ਇਕੱਠੇ ਜੀ ਐਨਆਰਆਈਆਂ ਨਾਲ ਐਨਆਰਆਈਆਂ ਨਾਲ ਸੋ ਜੋ ਅੱਗੇ ਵੀ ਐਨਆਰਆਈਆਂ ਤੋਂ ਜਦੋਂ ਸਾਨੂੰ ਲੋੜ ਪੈਂਦੀ ਸੀ ਅਸੀਂ ਪਿੰਡ 'ਚ ਜਿੰਨੇ ਵੀ ਕੰਮ ਕਰਿਆ ਜਿੱਥੇ ਸਰਕਾਰ ਵੱਲੋਂ ਨਹੀਂ ਮਦਦ ਹੁੰਦੀ ਸੀ ਤਾਂ ਸਾਨੂੰ ਸਾਡੇ ਪਿੰਡ ਦੇ ਐਨਆਰਆਈ ਮੇਰੀ ਹੈਲਪ ਕਰਦੇ ਸੀ ਜੀ ਹੁਣ ਤੁਸੀਂ ਕਿਹਾ ਕਿ ਪ੍ਰਸ਼ਾਸਨ ਨੇ ਕੀਤਾ ਜੋ ਵੀ ਕੀਤਾ ਪਰ ਐਮਐਲਏ ਲਾਭ ਸਿੰਘ ਉਗੋਕੇ ਨੇ ਇੱਥੇ ਦੇ ਐਮਐਲਏ ਉਹੀ ਨੇ ਹਾਂਜੀ ਸਾਡੇ ਐਮਐਲਏ ਲਾਭ ਸਿੰਘ ਉਗੋਕੇ ਆ ਉਹਨਾਂ ਨੇ ਮਤਲਬ ਉਹਨਾਂ ਦੇ ਪ੍ਰਸ਼ਾਸਨ ਦੇ ਜੋ ਅਧਿਕਾਰੀ ਸੀ ਉਹ ਹੀ ਕਹਿੰਦੇ ਸੀ ਵੀ ਸਾਨੂੰ ਤਾਂ ਐਮਐਲਏ ਸਾਹਿਬ ਦੀ ਬਾਰ ਬਾਰ ਫੋਨ ਕਾਲ ਆਉਂਦੀ ਆ ਵੀ ਤੁਸੀਂ ਨਾਲਾ ਕਿਉਂ ਨਹੀਂ ਢਾਉਂਦੇ ਉਸ ਤੋਂ ਬਾਅਦ ਮੇਰੇ ਪਿੰਡ ਦੇ ਮੁੰਡੇ ਵੀ ਗਏ ਸੀ ਐਮਐਲਏ ਸਾਹਿਬ ਦੇ ਪਾਸ ਉਹ ਕਹਿੰਦੇ ਵੀ ਨਹੀਂ ਅਸੀਂ ਨਹੀਂ ਢਾਉਣ ਦਿੰਦੇ ਅਸੀਂ ਰੋਕਦੇ ਆ ਉਹਨਾਂ ਨੇ ਮੈਨੂੰ ਉੱਥੋਂ ਕਾਲ ਕਰਤੀ ਕਹਿੰਦੇ ਨਹੀਂ ਜੀ ਅਸੀਂ ਰਿਕਵੈਸਟ ਕਰਕੇ ਦੇਖ ਲਈ ਐਮਐਲਏ ਸਾਹਿਬ ਮੰਨਦੇ ਨਹੀਂ ਤਾਂ ਢਾਉਣਾ ਹੀ ਪੈਣਾ ਵੀ ਤੁਸੀਂ ਇਹਨੂੰ ਰੋਕੋ ਨਾ ਮੇਰੇ ਰਾਤ ਨੂੰ ਤਾਂ ਆਇਆ ਤੁਸੀਂ ਗੱਲਬਾਤ ਪਹਿਲਾਂ ਸ਼ਾਮ ਦਾ ਸ਼ਾਮ ਦਾ ਟਾਈਮ ਸੀ ਜੀ 4-5 ਮੈਂ ਤਾਂ ਬਾਹਰ ਸੀ ਜੀ ਉਸ ਦਿਨ ਪੰਚਾਇਤ ਮੈਂਬਰ ਸੀਗੇ ਉਹਨਾਂ ਦੀ ਫਿਰ ਕਿਸੇ ਨੇ ਸੁਣੀ ਨਹੀਂ ਜੀ ਹਾਂਜੀ ਉਹ ਬਤਲ ਸਾਰਾ ਉਸੇ ਤਰ੍ਹਾਂ ਪਿੰਡ ਦੇ ਵਿੱਚ ਦਾ ਬਾਅਦ ਚ ਪਤਾ ਲੱਗਿਆ ਜੀ ਜਦੋਂ ਜੀਸੀਬੀ ਟਾਕੇ ਚਲੀ ਠੀਕ ਹੈ ਠੀਕ ਹੈ ਹਾਂਜੀ ਬਿਲਕੁਲ ਜੀ ਸੋ ਪਿੰਡ ਦੇ ਸਰਪੰਚ ਨੇ ਪੂਰੀ ਜਾਣਕਾਰੀ ਦਿੱਤੀ ਆ ਕਿ ਅਸੀਂ 4-5 ਲੱਖ ਰੁਪਇਆ ਇਕੱਠਾ ਕੀਤਾ ਉਹ ਜਿਹੜੇ ਸਾਡੇ ਪਿੰਡ ਦੇ ਐਨਆਰਆਈ ਨੇ ਪਿੰਡ ਦੀ ਕਿਤੇ ਨਾ ਕਿਤੇ ਜਦੋਂ ਗ੍ਰਾਂਟ ਨਹੀਂ ਆਉਂਦੀ ਤਾਂ ਐਨਆਰਆਈ ਸਾਡਾ ਸਾਥ ਦਿੰਦੇ ਨੇ ਸੋ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ अच्छा, ਗਰਮੇਲ ਕੌਰ ਜੀ ਕੀ ਆ? ਮਾਮਲਾ ਸਾਰਾ ਕੀ ਆ? ਇਹ ਟੇ ਟੇਰ ਕੀ ਨੇ ਕਰਤਾ? ਕਿਵੇਂ ਕਰਤਾ ਜੀ? ਵੀਰੇ ਇੱਥੇ ਸਾਡੇ ਬਹੁਤ ਲੋਕ ਇਕੱਠੇ ਹੋਏ ਸੀ। ਉਹਨਾਂ ਨੇ ਤਾਂ ਸਾਨੂੰ ਉਦੋਂ ਹੀ ਪਤਾ ਲੱਗਿਆ ਜਦੋਂ ਜੀਵੀਸੀ ਆ ਗਈ। ਬਹੁਤ ਲੋਕਾਂ ਨੇ ਮੰਤਾਂ ਵੀ ਕਰੀਆਂ। ਉੱਥੇ ਵੀ ਬੱਚੇ ਗਏ ਸਾਡੇ ਇਕੱਠੇ ਹੋ ਕੇ ਵੀ ਇਹ ਖਾਲਾ ਨਾਟਾ ਹੋ ਜੀ ਇਹ ਖਾਲਾ ਨਾਟਾ ਸਾਡੇ ਸਕੂਲ 'ਚ ਵੀ ਬੱਚੇ ਵਿਚਾਰੇ ਕਿਵੇਂ ਲੰਘਣਗੇ? ਸਾਡੇ ਗਰੀਬਾਂ ਦੇ ਬੱਚੇ ਪਰ ਪੜਦੇ ਆ। ਸਾਡੇ ਬਾਹਰ ਨਹੀਂ ਜਾ ਸਕਦੇ। ਤੇ ਇਹ ਗਰੀਬਾਂ ਲਈ ਸਾਡੇ ਬਹੁਤ ਸਾਡੀਆਂ ਹੀ ਵੋਟਾਂ ਸਾਨੂੰ ਹੀ ਖਰਾਬ ਕੀਤਾ ਉਹਨਾਂ ਨੇ। ਫੇਰ ਚਲ ਠੀਕ ਹੈ ਸਾਡੇ ਪਿੰਡ ਚ ਕੁੜੀਆਂ ਦਾ ਹੁੰਦਾ ਸੌਣ ਦਾ ਬਹਾਰ ਉਹ ਵੀ ਸਾਡਾ ਬਰਾਬਾਦ ਕੀਤਾ ਇਹਨਾਂ ਨੇ ਸਾਡੀਆਂ ਬੁੜੀਆਂ ਦੀਆਂ ਪਾਲਟੀਆਂ ਬਣੀਆਂ ਇੱਥੇ ਕਿੱਚਾ ਤੁਹੀ ਵੀ ਹੋਈ ਇੱਥੇ ਸਾਡੀ ਠੀਕ ਹੈ ਅੱਡੋ ਅੱਡੀ ਉਧਰੋਂ ਕੀ ਲਾਟ ਡਾਕ ਡਾਕ ਨਾਲ ਭੋਲਗਾ ਵੀ ਪਾਇਆ ਕਰਨ ਦੂਜੇ ਨੂੰ ਦੂਜਾ ਮੌਕਾ ਬਣਾ ਦੇਇਆ ਕਰੇ ਖੜਨ ਦਾ ਸਾਡੇ ਪਿੰਡ ਚ ਤਾਂ ਉਹਨੇ ਜੀ ਬਾਲੀ ਭੇੜੀ ਅੱਗ ਸਿੱਟੀ ਬਿਲਕੁਲ ਵੈਸੇ ਐਮਐਲਏ ਲਾਲ ਸਿੰਘ ਉਗੋਕੇ ਨੇ ਜੀ ਇੱਥੋਂ ਦੇ ਆਮ ਕਰਦੇ ਇਨਸਾਨ ਆ ਮੈਂ ਇੱਕ ਕਹਿੰਦੇ ਤੇ ਵੀ ਬਹੁਤ ਛੋਟੀ ਜੀ ਦੁਕਾਨ ਹੁੰਦੀ ਸੀ ਉਗੋਕੇ ਦੀ ਕਿ ਐਮਐਲਏ ਬਣੇ ਨੇ ਕਿ ਵਧੀਆ ਕੰਮ ਕਰਕੇ ਵੀ ਆ ਉੱਥੇ ਪਰ ਮੈਂ ਨਿੰਦ ਨਹੀਂ ਸੀ ਸਕਦੀ ਮੈਨੂੰ ਨਿੰਦਣਾ ਪੈ ਗਿਆ ਆਪਦੇ ਪਿੰਡ ਦੇ ਮੰਗਣ ਲੱਗਣਾ ਪਿਆ ਮੈਨੂੰ ਮੈਂ ਨਿੰਦ ਨਹੀਂ ਸੀ ਸਕਦੀ ਉਹਨੂੰ ਪਰ ਮੈਨੂੰ ਨਿੰਦਣਾ ਪੈ ਗਿਆ ਸਾਡੇ ਕੰਮ ਗਲਤ ਕਰ ਗਿਆ ਅੱਛਾ ਉਗੋਕੇ ਪਿੰਡ ਪੇਕੇ ਨੇ ਆਪਣੇ ਜ ਪਰ ਜੇ ਜਦੋਂ ਲੋਕੋ ਨੂੰ ਗਾਲ ਕੱਢਦੇ ਆ ਮੇਰੇ ਦਿਲ ਤੇ ਤਾਂ ਸੱਟ ਵੱਜਦੀ ਆ ਆਪਾਂ ਝੂਠ ਨਹੀਂ ਮਾਰਦੇ ਇਹਦੇ ਬੰਨੂਆ ਵੀ ਵੱਜਦੀ ਆ ਵੀ ਖਾਲਾਟੇ ਉਹ ਸਾਡੇ ਦਿਲ ਤੇ ਥੋੜੇ ਵੱਜੇ ਆ ਜਿਹੜਾ ਖਾਲਾਟ ਹੈ ਪਰ ਅਸੀਂ ਬਹੁਤ ਨਾਰਾਜ਼ ਆ ਮੈਂ ਉਹਦੀ ਮੇਰ ਨਹੀਂ ਕਰ ਸਕਦੀ ਸਾਰਾ ਪਿੰਡ ਸਾਡਾ ਗਾਲਾਂ ਰਹਾ ਸਾਡੇ ਪਿੰਡ ਬੁੜੀਆਂ ਦੀ ਪਾਲਟੀ ਵੱਖਰੀ ਬੰਦਿਆਂ ਦੀ ਪਾਲਟੀ ਵੱਖਰੀ ਉਹ ਕਿਉਂ ਬਣ ਗਈ ਸਾਡਾ ਤਾਂ ਸੌਣ ਨਹੀਂ ਹੁੰਦਾ ਕੁੜੀਆਂ ਬੁੜੀਆਂ ਦਾ ਉਹ ਵੀ ਨਹੀਂ ਸਾਡੇ ਚੱਲਣ ਨਹੀਂ ਦਿੱਤਾ ਠੀਕ ਹੈ ਜਾਨੀ ਕਿ ਦੁਖੀ ਕਰਤੇ ਆ ਜਿਹੜਾ ਨਾਲਾ ਤੋੜ ਕੇ ਮਨ ਤੋੜਦਾ ਸਾਰੇ ਲੋਕਾਂ ਦਾ ਸਾਰੇ ਲੋਕਾਂ ਦਾ ਵੀਰੇ ਸਾਡੇ ਬੰਦਿਆਂ ਦੀ ਮਿਹਨਤ ਕਰੀ ਵੀ ਐਵੇਂ ਗਈ ਸਾਡੇ ਸਰਪੰਚ ਸਾਹਿਬ ਦਾ ਖਰਚਾ ਕਰਿਆ ਵੀ ਐਵੇਂ ਗਿਆ ਸਾਡੇ ਸਰਪੰਚ ਸਾਹਿਬ ਨੇ ਬਾਹਰੋਂ ਪੀਖ ਵੀ ਮੰਗੀ ਉਹ ਵੀ ਸਾਡੀ ਗਲਤ ਗਈ ਠੀਕ ਹੈ ਇਹ ਕਿਉਂ ਗਈ ਕੀ ਲੱਗਦਾ ਕਿ ਸਰਪੰਚ ਕਿਤੇ ਇਹ ਤਾਂ ਨਹੀਂ ਦੀ ਵੀ ਸਰਪੰਚ ਹੋਰ ਪਾਰਟੀ ਦਾ ਜੀ ਤਾਂ ਹੋਗੀ ਗੱਲਬਾਤ ਜਾਂ ਜੋ ਵੀ ਐਵੇਂ ਉਹ ਚਾਉਂਦੇ ਆ ਹੋਰ ਪਰ ਅਸੀਂ ਸਾਡਾ ਬੱਚਾ ਸਾਡਾ ਸਰਪੰਚੀ ਰਹੂਗਾ ਹੂੰ ਅਸੀਂ ਗਾਹਾਂ ਨੂੰ ਵੀ ਸਾਨੂੰ ਸੀਟ ਆ ਗਈ ਸਾਡਾ ਬੱਚਾ ਹੀ ਅਸੀਂ ਸਰਪੰਚ ਰੱਖਣਾ ਹੈ ਸਾਡੇ ਗਰੀਬਾਂ ਦੇ ਕੰਮ ਬਹੁਤ ਹੋਏ ਆ ਤੇ ਬਹੁਤ ਅਸੀਂ ਲੈਣੇ ਇੱਕ ਮੰਗ ਹੈ ਸਾਡੀ ਵੀ ਸਾਡਾ ਸਕੂਲ ਵਾਰਮੀ ਦਾ ਹੋ ਜੇ ਅਸੀਂ ਬੱਚਿਆਂ ਦੇ ਮਗਰ ਨਹੀਂ ਜਾ ਸਕਦੇ ਸਾਡੇ ਬੱਚਾ ਕੁੱਲ ਬਾਹਰ ਜਾਂਦਾ ਮਨਤੀ ਆ ਸਾਡੀ ਸਾਰਾ ਸਕੂਲ ਵਧਣਾ ਚਾਹੀਦਾ ਬਿਲਕੁਲ ਤੁਸੀਂ ਕੰਟੈਕਟ ਕੀਤਾ ਸਿਮਰਨਜੀਤ ਸਿੰਘ ਮਾਨ ਨਾਲ ਉਹਨਾਂ ਦੇ ਦੋ ਤੇ ਅੱਜ ਪਹੁੰਚੇ ਨੇ ਕੀ ਕੀ ਮੰਗਾਂ ਰੱਖਿਆ ਨੇ ਕੀ ਜਾਣੂ ਕਰਵਾਇਆ ਇਹਨਾਂ ਨੂੰ ਅਸੀਂ ਆਏ ਮੰਗਾ ਕਰਦੇ ਆਂ ਵੀ ਸਾਡੇ ਪਿੰਡ ਦੀ ਇੱਕ ਤਾਂ ਪਾਰਟੀ ਖਤਮ ਹੋ ਜੇ ਸਾਡਾ ਪਿੰਡ ਮੂਲੋਂ ਛੋਟਾ ਜੀ ਅਸੀਂ ਇਹ ਪਾਰਟੀ 'ਚ ਬਹੁਤ ਨਰਾਜ ਆਂ ਠੀਕ ਹੈ ਅੱਛਾ ਜਨ ਕਿ ਟੜੇ ਬੰਦੀਆਂ ਬਣੀਆਂ ਪਈਆਂ ਨੇ ਜੀ ਟੜੇ ਬੰਦੀਆਂ ਬੁੜੀਆਂ ਦੀਆਂ ਵੀ ਬਣ ਗਈਆਂ ਸਾਨੂੰ ਉਹ ਵੀ ਦੁੱਖ ਵੱਡਾ ਹੈ ਬੰਦਿਆਂ ਦੀਆਂ ਤਾਂ ਚੱਲ ਬਣਦੀਆਂ ਹੀ ਆਈਆਂ ਪਿੰਡਾਂ 'ਚ ਜਿਹੜੀਆਂ ਬੁੜੀਆਂ ਦੀ ਬਣ ਗਈ ਇਹ ਸਾਨੂੰ ਗਾਲੀ ਪੈੜਾ ਦੁੱਖ ਹੈ ਨਹੀਂ ਤੁਸੀਂ ਕਹਿੰਦੇ ਓ ਟੜੇ ਬੰਦੀ ਬਣ ਗਈ ਪਰ ਮੁੱਖ ਮੰਤਰੀ ਪੰਜਾਬ ਕਹਿੰਦੇ ਨੇ ਕਿ ਸਰਬਸੰਮਤੀ ਨਾਲ ਬਣਾਓ ਸਰਪੰਚ ਵੀ ਕਿਸੇ ਨੇ ਅਸੀਂ ਬਣਾਵਾਂਗੇ ਸਾਡੀ ਤਲਫੋਂ ਬਣਾਵਾਂਗੇ ਹੋਰ ਜਿਹੜੇ ਨਹੀਂ ਪਾਉਂਦੇ ਜਾਵਣ ਕਿਿੱਧਰ ਮਰਜੀ ਆ ਜਾਵਣ ਸਾਡਾ ਸਰਪੰਚ ਤਾਂ ਬਈ ਰਾਜਾ ਅਸੀਂ ਅਸੀਂ ਬਿਲਕੁਲ ਜੀ ਸੋ ਹਲਕਾ ਭਦੌੜ ਲਾਵ ਸਿੰਘ ਗੋਕੋ ਐਮਐਲਏ ਨੇ ਜਿੱਥੇ ਦੀਆਂ ਤਸਵੀਰਾਂ ਤੁਹਾਨੂੰ ਸਾਰੀਆਂ ਦਿਖਾਈਆਂ ਨੇ ਕਿ ਇੱਕ ਪ੍ਰਾਈਵੇਟ ਤੌਰ ਤੇ ਇੱਕ ਨਾਲੀ ਬਣਾਈ ਗਈ ਸੋ ਲਗਾਤਾਰ ਤਸਵੀਰਾਂ ਵੀ ਦਿਖਾਵਾਂਗੇ ਤੇ ਗੋਵਿੰਦ ਸਿੰਘ ਸੰਧੂ ਵੀ ਪਹੁੰਚੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਸੰਗਰੂਰ ਨੇ ਉਹਨਾਂ ਦੇ ਦੋਤੇ ਨੇ ਸੋ ਉਹ ਵੀ ਆਏ ਨੇ ਗੱਲਬਾਤ ਕਰਾਂਗੇ ਸੰਧੂ ਸਾਹਿਬ ਪਹੁੰਚੋ ਪਿੰਡੀ ਇਕੱਠਾ ਹੋ ਗਿਆ ਜੀ ਇੱਕ ਪਾਸੇ ਸਾਰਾ ਤੇ ਕਹਿ ਰਹੇ ਨੇ ਵੀ ਕਿਤੇ ਨਾ ਕਿਤੇ ਵੱਡੀਆਂ ਦਿੱਕਤਾਂ ਨੇ ਸਾਨੂੰ ਕੀ ਕੀ ਦਿੱਕਤਾਂ ਨੇ ਤੁਸੀਂ ਮੌਕਾ ਵੀ ਦੇਖਿਆ ਸੀ ਬੈਂਚ ਆ ਦੇਖੋ ਅੱਜ ਬਹੁਤ ਖੁਸ਼ੀ ਹੋਈ ਹੈ ਰਾਮਗੜ੍ਹ ਪਿੰਡ ਆ ਕੇ ਸਾਰਿਆਂ ਦੇ ਗੱਲਬਾਤ ਸੁਣ ਕੇ ਪਰ ਤੁਸੀਂ ਆ ਦੇਖੋ ਹੁਣ ਇਹ ਜਿਹੜੀ ਇਹ ਜਿਹੜਾ ਨਾਲਾ ਇਹਨਾਂ ਨੇ ਲਾਭ ਸਿੰਘ ਉਗੋ ਕੇ ਐਮਐਲਏ ਨੇ ਢਾਹਤਾ ਇਹ ਕਿੰਨੀ ਬੇਅਕਲ ਗੱਲ ਹੈ ਜੇ ਇਹਨੇ ਢੋਣਾ ਵੀ ਸੀਗਾ ਤੇ ਨਵਾਂ ਨਾਲਾ ਬਣਾ ਕੇ ਫਿਰ ਇਹਨੂੰ ਢਾਹ ਦਿੰਦਾ ਹੁਣ ਇੱਥੇ ਸਰਪੰਚ ਸਾਹਿਬ ਨੇ ਆਪਦਾ ਨਿੱਜੀ ਪੈਸਾ ਲਾਇਆ ਹੋਵੇ ਇੰਨਾ ਵਿਚਾਰੀਆਂ ਬੁੜੀਆਂ ਨੇ ਹੋਰ ਇੱਥੇ ਸਾਰੇ ਪਿੰਡ ਦੇ ਗਰੀਬਾਂ ਨੇ ਪੈਸਾ ਇਕੱਠਾ ਕਰਕੇ ਐਨਆਰਆਈ ਵੀਰਾਂ ਨੇ ਇਕੱਠਾ ਕਰਕੇ ਯੋਗਦਾਨ ਪਾ ਕੇ ਬਣਾਇਆ ਹੋਵੇ ਤੇ ਰਾਤੋ-ਰਾਤ ਆ ਕੇ ਨੁਟਾ ਦੇਣਾ ਇਸ ਕਰਕੇ ਢੋਣਾ ਕਿਉਂਕਿ ਇੱਥੋਂ ਆਮ ਪਾਰਟੀ ਕਿਸੇ ਹੋਰ ਨੂੰ ਸਰਪੰਚੀ ਲੁੜਾਉਣਾ ਚਾਹੁੰਦੀ ਹੈ ਉਹ ਦੇਖੋ ਗੱਲ ਇਤਰਾ ਹੈਗੀ ਹੈ ਤੁਸੀਂ ਸਾਰਿਆਂ ਦੀ ਦੁੱਖ ਤਕਲੀਫ ਤਾਂ ਸੁਣ ਲਈ ਹੈ ਉਹ ਮੈਨੂੰ ਲੱਗਦਾ ਹੈ ਕਿ ਐਮਪੀ ਲੜ ਗ੍ਰਾਂਟ ਵਿੱਚੋਂ ਸਾਨੂੰ ਨਾ ਬਰਨਾਲੇ ਜ਼ਿਲ੍ਹੇ 'ਚ ਇੱਕ 92 ਬੈੱਡ ਦਾ ਸਾਨੂੰ ਦਿਮਾਗੀ ਸੰਤੋਲਨ ਠੀਕ ਕਰਨ ਵਾਲਾ ਹਸਪਤਾਲ ਬਣਾਉਣਾ ਪੈਣਾ ਕਿਉਂਕਿ ਇਹਨਾਂ ਨੇ 92 ਜਿਤਾਤੇ ਠੀਕ ਹੈ ਤੇ ਇਹਨਾਂ ਦਾ ਹਿਲ ਗਿਆ ਦਿਮਾਗੀ ਸੰਤੋਲਨ ਤੇ ਕੋਈ ਮੈਂਟਲ ਹਸਪੀਟਲ ਕੋਈ ਇਹੋ ਜਿਹਾ ਇਹੋ ਜੇ ਕਿਸਮ ਦਾ ਹੁਣ ਬਣਾਉਣਾ ਪੈਣਾ ਜਿੱਥੇ ਉਹਨਾਂ ਨੂੰ ਸਮਝਾਇਆ ਜਾਵੇ ਕਿ ਨਾ ਇਹੋ ਜੇ ਕੰਮ ਨਾ ਕਰਿਆ ਕਰੋ ਦੇਖੋ ਤੁਸੀਂ ਕਿ ਇੰਨਾ ਨੁਕਸਾਨ ਕਰਾਤਾ 5 ਲੱਖ ਰੁਪਏ ਦਾ 5-6 ਲੱਖ ਰੁਪਏ ਦਾ ਜਿਹੜਾ ਇਹ ਨਾਲਾ ਢਾਤਾ ਤੇ ਢਾਇਆ ਕਿਉਂ ਸਿਆਸਤ ਕਰਕੇ ਬਿਲਕੁਲ ਸੰਤੂ ਸਾਹਿਬ ਕੋਈ ਸਰਕਾਰੀ ਪੈਸਾ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਗਰਾਂਟ ਨਹੀਂ ਮੰਗਾਈ ਵੀ ਉਹ ਪੈਸਾ ਲਾਇਆ ਇੱਕ ਇਕੱਠਾ ਕਰਕੇ ਚਾਹੇ ਐਨਆਰਆਈ ਤੋਂ ਮੰਗਾਇਆ ਹੋਈ ਇਕੱਠਾ ਕਰਕੇ ਲਾਇਆ ਵੀ ਕਿਤੇ ਨਾ ਕਿਤੇ ਇਹ ਤਾਂ ਸ਼ਰਿਆਵੇਂ ਧੱਕੇਬਾਜੀ ਹੋ ਗਈ ਇਸੀ ਕਰਕੇ ਤਾਂ ਅੱਜ ਅਸੀਂ ਇੱਥੇ ਪਹੁੰਚੇ ਹਾਂ ਸ਼ਰਿਆਨ ਤੱਕਾ ਹੈਗਾ ਇਹ ਠੀਕ ਹੈ ਇਹਨਾਂ ਨੇ ਸਰਪੰਚ ਸਰਪੰਚਾਂ ਨੂੰ ਸਾਰਿਆਂ ਨੂੰ ਰੱਦ ਕਰਤਾ ਹੈ ਗੈਰਕਾਨੂੰਨੀ ਤਰੀਕੇ ਨਾਲ ਹਾਈ ਕੋਰਟ ਨੇ ਛਿੜਕਲਈ ਹੈ ਪੰਜਾਬ ਸਰਕਾਰ ਦੇ ਵਕੀਲਾਂ ਨੂੰ ਪੁੱਛਿਆ ਹੈ ਕਿ ਤੁਹਾਨੂੰ ਤੁਹਾਡੇ ਸੂਬੇ ਦੀ ਵਿਕਾਸ ਵਾਸਤੇ ਸੂਬੇ ਦੇ ਭਲੇ ਵਾਸਤੇ ਤੁਸੀਂ ਦਿਖਾਓ ਸਾਨੂੰ ਕਿ ਇਹ ਫੈਸਲਾ ਕਿਵੇਂ ਜਾਇਜ਼ ਹੈ ਏ ਤੇ ਉਹ ਉਹਨਾਂ ਤੋਂ ਦਿਖਾਇਆ ਵੀ ਨਹੀਂ ਜਾ ਰਿਹਾ ਉੱਥੇ ਉਹਨਾਂ ਦੇ ਵਕੀਲ ਵੀ ਹਾੜੇ ਕੱਢ ਰਹੇ ਨੇ ਵਿਚਾਰੇ ਉਹ ਵੀ ਚੰਗੇ ਬੰਦੇ ਪਰ ਇਹ ਜਿਹੜੇ ਹੰਕਾਰੀ 92 ਹੈਗੇ ਆ ਇਹਨਾਂ ਨੂੰ ਹੁਣ ਕੌਣ ਸਮਝਾਵੇ ਮੈਂ ਇਹੀ ਸੋਚ ਰਿਹਾ ਕਿ ਇੱਕ ਨਾ ਸਾਨੂੰ ਹੁਣ ਮੈਂ ਜਿਵੇਂ ਤੁਹਾਨੂੰ ਦੱਸਿਆ ਇੱਕ ਬਹੁਤ ਵਧੀਆ ਹਸਪੀਟਲ ਜਿੱਥੇ ਦਿਮਾਗ ਦਾ ਇਲਾਜ ਚੱਲਦਾ ਹੋਵੇ ਉੱਥੇ ਭਰਤੀ ਕਰਾਉਣਾ ਪੈਣਾ ਫਿਰ ਸਾਰੇ ਪਿੰਡ ਵਾਸੀ ਜਿਹੜੇ ਨੇ ਉਸ ਹਸਪਤਾਲ 'ਚ ਜਾ ਕੇ ਅਰਜ਼ੀਆਂ ਲੈ ਕੇ ਉਹਨਾਂ ਤੋਂ ਕੰਮ ਕਰਵਾਇਆ ਕਰਨਗੇ ਕਿਉਂਕਿ ਇਹ ਤਾਂ ਕਾਬੂ ਹੀ ਨਹੀਂ ਆਉਂਦੇ ਰਾਤੋਂ ਰਾਤ ਆ ਜਾਂਦੇ ਆ ਹੁਣ ਮੰਨ ਲਓ ਆ ਸਰਪੰਚ ਸਾਹਿਬ ਹੈਗੇ ਸਾਡੀ ਪਾਰਟੀ ਦੇ ਨਹੀਂ ਹੈਗੇ ਅਸੀਂ ਇਹਨਾਂ ਦੇ ਬਲਾਵੇ ਤੇ ਨਹੀਂ ਆਏ ਇੱਥੇ ਬਹੁਤ ਸਾਰੇ ਪਿੰਡ ਵਾਸੀਆਂ ਨੇ ਲਾਈ ਫੋਨ ਕੀ ਸਾਰਾ ਪਾਣੀ ਘਰਾਂ 'ਚ ਵੜਨ ਲੱਗ ਪਿਆ ਜੀ ਅਸੀਂ ਕੀ ਕਰੀਏ ਇੱਥੇ ਨਾਲਾ ਸਾਰਾ ਢਾਟਾ ਹੈਗਾ ਫੇਰ ਇਹਨਾਂ ਨੂੰ ਪੁੱਛਿਆ ਇਹਨਾਂ ਨੇ ਕਿਹਾ ਕਿ ਜੀ ਮੈਂ ਮੇਰੇ ਤੇ ਵੀ ਇਹ ਦਬਾਉਂਦੇ ਨੇ ਤੇ 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 ਡਰਾਉਂਦੇ ਨੇ ਧਮਕਾਉਂਦੇ ਨੇ ਪਰ ਯਾਰ ਇਹ ਕਿਹੜੀ ਗੱਲ ਹੈ ਹੁਣ ਤੁਸੀਂ ਦੇਖੋ ਜੇ ਇਹਨਾਂ ਦੀ ਤੁਸੀਂ ਸਰਪੰਚੀ ਖਰਾਬ ਵੀ ਕਰਨੀ ਆ ਇੱਥੇ ਸਪਿੰਡ ਚ ਕੋਈ ਆਮ ਆਦਮੀ ਪਾਰਟੀ ਦਾ ਕੋਈ ਹੈਗਾ ਚੇਲਾ ਅੱਜਕੱਲ ਜਿਨ੍ਹਾਂ ਨੇ ਕਹਿਤਾ ਐਮਐਲਏ ਨੂੰ ਕਿ ਐਮਐਲਏ ਸਾਹਿਬ ਸਰਪੰਚ ਨੇ ਨਵਾਂ ਨਾਲਾ ਬਣਾਇਆ ਜੇ ਮੈਨੂੰ ਸਰਪੰਚੀ ਜਿਤਾਉਣੀ ਆ ਤੇ ਰਾਤੋ ਰਾਤ ਆ ਕੇ ਢਾ ਦੋ ਨਹੀਂ ਤਾਂ ਨਾਲੇ ਕਰਕੇ ਲੋਕਾਂ ਨੂੰ ਸਹੂਲਤ ਮਿਲ ਜੂਗੀ ਤੇ ਗੰਦਾ ਪਾਣੀ ਇਕੱਠਾ ਨਹੀਂ ਹੋਊਗਾ ਤੇ ਲੋਕ ਇਹਨੂੰ ਪਿਆਰ ਕਰਨਾ ਸ਼ੁਰੂ ਕਰ ਜਾਣਗੇ ਤੇ ਫੇਰ ਸਾਡੀ ਸਰਪੰਚੀ ਵਾਲੀ ਗੱਲਬਾਤ ਬੰਨ ਨਹੀਂ ਨੀ ਪਿੰਡ 'ਚ ਇਹ ਮਸਲਾ ਹੋਇਆ ਸਾਰਾ ਕਿ ਚਾਲ ਸਾਰੀ ਸਰਪੰਚੀ ਵਾਲੀ ਹੈ ਗੇਮ ਸਰਪੰਚੀ ਤੇ ਚੱਲਦੀ ਹੋਰ ਹੋਰ ਨੀਤਾ ਕੀ ਜੀ ਹੋਣੀ ਤਾਂ ਇਹਨਾਂ ਨੂੰ ਸਾਰਿਆਂ ਨੂੰ ਉਹਨਾਂ ਨੇ ਰੱਦ ਕੀਤਾ ਨਹੀਂ ਤਾਂ ਨਹੀਂ ਤਾਂ ਇਹ ਇਹੋ ਜਿਹੇ ਪੰਗੇ ਕਿਹੜਾ ਬੰਦਾ ਲੈਂਦਾ ਤੁਸੀਂ ਦੱਸੋ ਅੱਜ ਇਹ ਪ੍ਰਸ਼ਾਸਨਿਕ ਤੌਰ ਤੇ ਵੀ ਇਹ ਜੇ ਨਾਲਾ ਗਲਤ ਹੈ ਨਹੀਂ ਹੈਗਾ ਗਲਤ ਪਰ ਜੇ ਗਲਤ ਹੈ ਤੇ ਬਣਾ ਬਣੀ ਬਣਾਈ ਚੀਜ਼ ਨੂੰ ਤੋਂ ਦਾ ਤਾਂ ਤਾਦੀ ਫਾਇਦਾ ਜਦੋਂ ਤੁਸੀਂ ਨਾਲ ਖੋਰ ਨਾਲਾ ਬਣਾ ਲਉਗੇ ਜਿਹੜੀ ਚੀਜ਼ ਠੀਕ ਹੈ ਸੋ ਨਾਲ ਕਿੱਥੇ ਬਣਾਏ ਤੁਸੀਂ ਆ ਹਾਲ ਤਾਂ ਦੇਖੋ ਇਸ 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 ਗਲੀ ਦੇ ਜੇ ਤੁਸੀਂ ਉੱਤੇ ਕੈਮਰਾ ਕਰਕੇ ਦੇਖੋਗੇ ਇਹ ਲੱਗਦਾ ਜਿਵੇਂ ਵਰਲਡ ਵਾਰ 1 ਚ ਕੋਈ ਸੀਨ ਹੋਵੇ ਜਿੱਥੇ ਇੱਥੇ ਆ ਕੇ ਬੰਬਾਰੀ ਹੋਈ ਹੋਵੇ ਆ ਦੇਖੋ ਤੁਸੀਂ ਕੀ ਹਾਲ ਕੀਤਾ ਨਾ ਤੁਰਨ ਜੋਗਾ ਨਾ ਮੋਟਰਸਾਈਕਲ ਚਲਾਉਣ ਜੋਗਾ ਸਾਰੇ ਰੋੜੇ ਬਾਹਰ ਆਏ ਹੋਏ ਆ ਤੇ ਸਾਰਾ ਨਾਲਾ ਇਹਨਾਂ ਨੇ ਪੋਰਪੋਰ ਕਰਤੀ ਬਿਲਕੁਲ ਸੰਧੂ ਸਾਹਿਬ ਅੱਜ ਤੁਸੀਂ ਪਹੁੰਚੇ ਹੋਰ ਸਰਪੰਚ ਵੀ ਪਹੁੰਚੇ ਨੇ ਬਲਾਕ ਸੈਨਾ ਦੇ ਪਹੁੰਚੇ ਨੇ ਜ਼ਿਲ੍ਹਾ ਸੰਗਰੂਰ ਦੇ ਪਹੁੰਚੇ ਨੇ ਕਿਤੇ ਨਾ ਕਿਤੇ ਕੀ ਲੱਗਦਾ ਤੁਹਾਨੂੰ ਕਿਤੇ ਸਰਪੰਚਾਂ ਚ ਡਰ ਪਏ ਵੀ ਸਾਡੇ ਪਰਚੇ ਦਰਜ ਨਾ ਹੋ ਜਾਣ ਕਿਉਂਕਿ ਸਰਪੰਚ ਸਪੀਚ ਵੀ ਕਰ ਰਹੇ ਤੇ ਤੁਸੀਂ ਵੀ ਸਪੀਚ ਕੀਤੀ ਆ ਕਿ ਅਸੀਂ ਸਾਰੇ ਸਰਪੰਚਾਂ ਨਾਲ ਆ ਕਿਉਂਕਿ ਮੈਂਬਰ ਪਾਰਲੀਮੈਂਟ ਮਾਨ ਸਾਹਿਬ ਵੀ ਕਿਤੇ ਨਾ ਕਿਤੇ ਉਹਨਾਂ ਨੇ ਜਿਹੜੀ ਪਟੀਸ਼ਨ ਦਿੱਤੀ ਸੋਦੇ ਹੱਕ ਨੇ ਇਹ ਨਾਮੇਦ ਨੇ ਤੇ ਅਸੀਂ ਚੁਣੇ ਹੋਏ ਨਾਮੇਦ ਆ ਉਹ ਸਾਡੀ ਪਾਰਟੀ ਕੋਈ ਨਹੀਂ ਹੈਗੀ ਇਹਨਾਂ ਦੀ ਪਾਰਟੀ ਕੋਈ ਨਹੀਂ ਹੈਗੀ ਇਹਨਾਂ ਨੇ ਹਰ ਬੰਦੇ ਦਾ ਖਿਆਲ ਰੱਖਣਾ ਇਸੇ ਕਰਕੇ ਸਾਰਾ ਇੰਨਾ ਨਾਲ ਖੁਸ਼ ਅਸੀਂ ਵੀ ਹਰੇਕ ਬੰਦੇ ਦਾ ਖਿਆਲ ਰੱਖਣਾ ਤੇ ਅਸੀਂ ਆਪ ਤਾਂ ਇਹ ਡਿਊਟੀ ਸਮਝ ਕੇ ਆ ਜਿੱਥੇ ਪਹੁੰਚੇ ਹੈ ਕਿ ਇਹੋ ਜੇ ਕੰਮ ਚੁਣੇ ਹੋਏ ਲੋਕਾਂ ਤੋਂ ਨਹੀਂ ਕਰਵਾਉਣੇ ਚਾਹੀਦੇ ਉਹਨਾਂ ਨੂੰ ਇਹੋ ਜੇ ਕੰਮ ਬਿਲਕੁਲ ਨਹੀਂ ਕਰਨੇ ਚਾਹੀਦੇ ਪਿੰਡਾਂ 'ਚ ਤੇ ਮੈਂ ਤਾਂ ਇਹੀ ਕੋਸ਼ਿਸ਼ ਕਰ ਰਿਹਾ ਕਿ ਸਾਰੇ ਜਿਹੜੇ ਸਰਪੰਚ ਸਭਾਣ ਹੈਗੇ ਆ ਪੰਜ ਮੈਂਬਰ ਸਭਾਣ ਆ ਉਹ ਆਪਦੀ ਪਾਰਟੀਆਂ ਵਗੈਰਾ ਪੁੱਲ ਜਾਨ ਜਿੱਤਨ ਤੋਂ ਬਾਅਦ ਤੇ ਨਿਰਪੱਖ ਹੋ ਕੇ ਲੱਗਣ ਤੇ ਜਿੱਥੇ ਤੁਸੀਂ ਪਰਚਿਆਂ ਦੀ ਗੱਲ ਕੀਤੀ ਆ ਕੋਈ ਵੀ ਗੈਰ ਕਾਨੂੰਨੀ ਪਰਚਾ ਜੇ ਸਰਕਾਰ ਕਰੂਗੀ ਉਹਦਾ ਇਹੋ ਜਿਹਾ ਜਵਾਬ ਮਿਲੂਗਾ ਇਹਨਾਂ ਨੂੰ ਜੇ ਫਰਜ਼ ਕਰੋ ਸਾਨੂੰ 1% ਵੀ ਪਤਾ ਲੱਗਿਆ ਕਿ ਇਸ ਪਿੰਡ 'ਚ ਕੋਈ ਧੱਕਾ ਕਰ ਰਿਹਾ ਤੇ ਫੇਰ ਤੁਸੀਂ ਸਾਡਾ ਵੀ ਧੱਕਾ ਦੇਖਿਓ ਫੇਰ ਨਹੀਂ ਕਾਬੂ ਆਉਣਾ ਬਿਲਕੁਲ ਵੀ ਇਹੋ ਜਿਹਾ ਕੰਮ ਬਿਲਕੁਲ ਨਾ ਕਰਿਓ ਅਨਮਤ ਉਹਨੂੰ ਇੱਕ ਹੋਰ ਗੱਲ ਦੱਸਦਾ ਇੰਨੇ ਚੂੜੀਆਂ ਨਹੀਂ ਪਾਈਆਂ ਆਪਣੇ ਹੱਥ 'ਚ ਸਰਪੰਚ ਨੇ ਜੇ ਇਹਨਾਂ ਨਾਲ ਤੱਕਾ ਹੋਊਗਾ ਠੀਕ ਹੈ ਜੀ ਜੇ ਤੱਕਾ ਇਹਨਾਂ ਨਾਲ ਹੋਊਗਾ ਤੇ ਇਹ ਕਾਨੂੰਨ ਦਾ ਰੁਖ ਕਰਨਗੇ ਤੇ ਕਾਨੂੰਨੀ ਚੀਜ਼ ਹੋਊਗੀ ਇਹਦੇ 'ਚ ਮੇਰੀ ਵੀ ਨਹੀਂ ਲੋੜ ਇਹਨਾਂ ਨੂੰ ਬਿਲਕੁਲ ਵੀ ਇਹ ਜਿਹੜੀ ਸੋਚ ਹੈ ਨਾ ਇਹ ਗੰਦੀ ਸੋਚ ਕੀ ਵੀ ਚੱਕ ਕੇ ਇਹਦੇ ਤੇ ਪਰਚਾ ਦੇ ਦੋ ਉੱਤੇ ਪਰਚਾ ਦੇ ਦੋ ਇਹਨੂੰ ਠੱਲ ਪਾਉਣੀ ਚਾਹੀਦੀ ਹੈ ਕਾਨੂੰਨ ਦਾ ਰਾਜ ਹੈ ਕਾਨੂੰਨ ਦੇ ਅਧੀਨ ਰਹੋ ਮੈਂ ਇਹਨਾਂ ਵਾਸਤੇ ਕੁਝ ਨਹੀਂ ਹੈਗਾ ਨਾ ਮੈਂਬਰ ਪਾਰਲੀਮੈਂਟ ਹੈਗੇ ਇਹਨਾਂ ਵਾਸਤੇ ਕਾਨੂੰਨ ਦੇ ਦਰਵਾਜ਼ੇ ਹੈਗੇ ਆ ਜੇ ਗੈਰਕਾਨੂੰਨੀ ਕੁਝ ਕਰਨਗੇ ਤੇ ਕਾਨੂੰਨੀ ਤੌਰ ਤੇ ਵੀ ਆਪਾਂ ਉਹਨਾਂ ਦੇ ਮਗਰ ਪਾਵਾਂਗੇ ਤੇ ਦੂਜੇ ਵੀ ਆਪਾਂ ਹੱਤਕੰਡੇ ਅਪਣਾਵਾਂਗੇ ਇਹ ਗਲਤ ਕੰਮ ਹੈ ਹਾਂਜੀ ਬਿਲਕੁਲ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਗੋਬਿੰਦ ਸਿੰਘ ਸੰਧੂ ਜਿਹੜੇ ਸਖਤ ਨੇ ਕਿ ਜਿੱਥੇ ਗਲਤ ਕੰਮ ਹੁੰਦੇ ਨੇ ਜਿੱਥੇ ਪੰਜਾਬ ਸਰਕਾਰ ਤੱਕਾ ਕਰਦੀ ਆ ਉੱਥੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਖੜਨਗੇ ਕਿਉਂਕਿ ਜ਼ਿਲ੍ਹਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਨੇ ਅਤੇ ਮੁੱਖ ਮੰਤਰੀ ਪੰਜਾਬ ਦਾ ਜ਼ਿਲ੍ਹਾ ਵੀ ਸੰਗਰੂਰ ਆ ਕਿਤੇ ਨਾ ਕਿਤੇ ਪੂਰਾ ਸਟੈਂਡ ਲਿਆ ਸੋ ਲਗਾਤਾਰ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਤੇ ਇੱਕ ਲਾਬ ਸਿੰਘ ਉਗੋ ਕੋ ਨਾਲ ਇੱਕ ਵਾਰ ਕਾਫੀ ਇੱਕ ਚਰਚੇਤ ਹੋਈ ਵੀਡੀਓ ਚਰਚਾ ਚਾਈਆਂ ਕਿ ਇੱਕ ਬਹਿਸ ਹੋਈ ਸੈਣਾ ਦੇ ਸਰਪੰਚ ਨਾਲ ਸੋ ਉਹ ਵੀ ਮੌਜੂਦ ਨੇ ਅੱਜ ਕਿਉਂਕਿ ਉੱਥੇ ਪਹੁੰਚੇ ਨੇ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਸਰਪੰਚ ਸਾਹਿਬ ਸੈਣਾ ਬਿਖੇ ਪਹਿਲਾਂ ਬਹੁਤ ਤੁਹਾਡੀ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਬਹੁਤ ਕਾਫੀ ਹੋਇਆ ਕਿਤੇ ਨਾ ਕਿਤੇ ਬਹਿਸਵਾਜੀ ਹੋਈ ਉਸ ਤੋਂ ਬਾਅਦ ਕਾਫੀ ਕਹਿੰਦੇ ਪਰਚੇ ਵੀ ਹੋਏ ਨੇ ਤੁਹਾਡੇ ਤੇ ਹੋਈ ਹੈ ਗੱਲਬਾਤ ਬਿਲਕੁਲ ਬਿਲਕੁਲ ਜਦੋਂ ਦਾ ਮੈਂ ਸਰਪੰਚ ਬਣਿਆ 12 ਪਰਚੇ ਹੋਏ ਨੇ ਉਸ ਤੋਂ ਪਹਿਲਾਂ ਕਦੇ ਥਾਣੇ ਦਾ ਮੂ ਵੀ ਨਹੀਂ ਦੇਖਿਆ ਸੀ ਹੁਣ ਜਿਹੜਾ ਅੱਜ ਰਾਮਗੜ੍ਹ ਪਿੰਡ ਵਿੱਚ ਆਏ ਆ ਤੇ ਇੱਕ ਬੇਮਿਸਾਲ ਚੀਜ਼ ਦੇਖਣ ਨੂੰ ਮਿਲੇ ਇਸ ਤਰ੍ਹਾਂ ਤੁਸੀਂ ਕਿਵੇਂ ਲੋਕਾਂ ਨੂੰ ਤੋੜ ਲੋਂਗੇ ਸਰਪੰਚਾਂ ਨਾਲ ਅੱਜ ਸਾਰਾ ਆਹ ਦੇਖੋ ਪਿੰਡ ਆ ਕੇ ਸਰਪੰਚ ਰਾਮਗੜ੍ਹ ਦੇ ਹੱਕ ਵਿੱਚ ਖੜਿਆ ਸੋ ਲਾਭ ਸਿੰਘ ਬਾਰੇ ਜੇ ਮੈਂ ਗੱਲ ਕਰਾਂ ਮਾਇਆ ਤੇਰੇ ਤੀਨ ਨਾਮ ਪਰਸੂ ਪਰਸਾ ਪਰਸ਼ਰਾਮ ਸੋ ਆਹ ਬੱਚਾ ਖੜਾ ਇਹਦਾ ਪਿਓ ਦੱਸੇ ਮੈਨੂੰ ਇਹ ਲਾਭ ਸਿੰਘ ਅਰਕਾ ਬਣਾਊਗਾ ਆਪਣੇ ਬੱਚੇ ਨੂੰ ਜੇ ਤੁਸੀਂ ਆਪਦਾ ਬੱਚਾ ਲਾਭ ਸਿੰਘ ਅਰਗਾ ਬਲਾਉਂਗੇ ਤਾਂ ਤੁਹਾਨੂੰ ਮਰਨ ਤੇ ਮਜਬੂਰ ਕਰ ਦੂ ਤੁਹਾਨੂੰ ਜ਼ਹਿਰ ਖਾਣ ਤੇ ਮਜਬੂਰ ਕਰ ਦੂ ਤੁਹਾਨੂੰ ਸਲਫਾਸ ਖਾਣ ਤੇ ਮਜਬੂਰ ਕਰ ਦੂ ਅੱਜ ਮੈਂ ਸਾਰੀ ਮੀਡੀਆ ਦੁਆਰਾ ਪੁੱਛਣਾ ਚਾਹਣਾ ਕਿ ਨਾ ਤਾਂ ਲੀਡਰ ਦੀ ਨਾ ਇੱਕ ਸੈਲੀਬ੍ਰਿਟੀ ਦੀ ਨਾ ਇੱਕ ਸਰਪੰਚ ਦੀ ਲਾਈਫ ਜਨਤਕ ਨਹੀਂ ਹੁੰਦੀ ਸਾਡੇ ਬੱਚੇ ਸਾਨੂੰ ਫੋਲੋ ਕਰਦੇ ਆ ਲੀਡਰਾਂ ਨੂੰ ਤੇ ਸਰਪੰਚਾਂ ਨੂੰ ਕੀ ਅਸੀਂ ਇਹ ਧਾਰਨ ਦਈਏ ਵੀ ਲਾਭ ਸਿੰਘ ਅਰਗਾ ਬਣ ਜਾ ਜਿਹਨੇ ਆਪਦੇ ਬਾਪ ਨੂੰ ਮਰਨ ਤੇ ਮਜਬੂਰ ਕਰਤਾ ਕਿਉਂ ਨਹੀਂ ਮੀਡੀਆ ਇਹ ਸਵਾਲ ਪੁੱਛਦੀ ਪਰसों ਇੱਕ ਦੇਖਿਆ ਬੜਾ ਮੇਰੇ ਮਾਨੂੰ ਠੇਸ ਪਹੁੰਚੀ ਬੱਚੇ ਬੈਠੇ ਨੇ ਉੱਥੇ ਇਹਨੂੰ ਯੂਥ ਆਈਕਨ ਬਣਾ ਕੇ ਪੇਸ਼ ਕੀਤਾ ਲਾਂਤੀ ਮੱਕੜ ਨੇ ਕਿ ਇਹ ਇਹ ਜੇ ਬੱਚੇ ਬੰਦੇ ਸਾਡੇ ਆਦਰਸ਼ ਹੋਣਗੇ ਅਸੀਂ ਗੁਰੂ ਸਾਹਿਬ ਦੇ ਬੱਚੇ ਆ ਸਾਡੇ ਧਾਰਮਿਕ ਆਦਰਸ਼ ਹੋਣਗੇ ਸਾਡੇ ਖਿਲਾੜੀ ਆਦਰਸ਼ ਹੋਣਗੇ ਸਾਡੇ ਚੰਗੇ ਲੀਡਰਸ ਸਿਮਰਜੀਤ ਸਿੰਘ ਮਾਨਵਰਗ ਆਦਰਸ਼ ਹੋਣਗੇ ਕਿਉਂਕਿ ਮੱਕੜ ਉੱਥੇ ਸਵਾਲ ਨਹੀਂ ਪੁੱਛ ਸਕਦਾ ਸੀ ਵੀ ਭਾਈ ਤੇਰੇ ਫਾਦਰ ਸਾਹਿਬ ਨੂੰ ਕੀ ਤਕਲੀਫ ਸੀ ਜਿਹੜੀ ਸਲਫਾਸ ਖਾ ਗਿਆ ਮੈਂ ਸਾਰੇ ਪੰਜਾਬ 'ਚ ਇਹ ਸਵਾਲ ਪੁੱਛਦਾ ਬੀ ਕੀ ਕੋਈ মিডিਆ ਵਾਲਾ ਉਸ ਤੋਂ ਜਾ ਕੇ ਸਵਾਲ ਪੁੱਛੇਗਾ ਬੀ ਕੀ ਤੇਰੇ ਐਮਐਲਏ ਬਣਨ ਤੋਂ ਬਾਅਦ ਆਪਦੇ ਪਿਓ ਨੂੰ ਕਿਸ ਤਰ੍ਹਾਂ ਤਰ੍ਹਾਂ ਤੇ ਮਜਬੂਰ ਕਰਤਾ ਬਈ ਪਰ ਭਾਈ ਜੀ ਕਿਤੇ ਨਾ ਕਿਤੇ ਜੀ ਆਪਾਂ ਦੇਖੀਏ ਜਦੋਂ ਵੋਟਾਂ ਪਾਈਆਂ ਸਾਰਾ ਕਿਦਨ ਵੀ ਆਮ ਕਰਦਾ ਨੌਜਵਾਨਾਂ ਉਗੋ ਕੇ ਕੀ ਲੱਗਦਾ ਤੁਹਾਨੂੰ ਵੀ ਆਸ ਲੱਗਦੀ ਹੋਣੀ ਉਦੋਂ ਵੀ ਚਲੋ ਵਧੀਆ ਕੰਮ ਹੋ ਬਦਲਾ ਆਉ ਜੀ ਕਿਤੇ ਨਾ ਕਿਤੇ ਲੱਗਦਾ ਵਧੀਆ ਕੰਮ ਕਰ ਰਹੇ ਇੱਕ ਐਮਐਲਏ ਆਮ ਕਰਦਾ ਆ ਤਾਂ ਵਧੀਆ ਕੰਮ ਕਰੂਗਾ ਵੀਰ ਜੀ ਤੁਸੀਂ ਬਹੁਤ ਸਤਿਕਾਰਯੋਗ ਮੀਡੀਆ ਵਾਲੇ ਅਸੀਂ ਪੜੇ ਲਿਖੇ ਆ ਅਸੀਂ ਐਡੀਆਂ ਡਿਗਰੀਆਂ ਕਰਕੇ ਪ੍ਰਦੇਸ਼ ਛੱਡ ਕੇ ਆ ਕੇ ਇੱਥੇ ਬੈਠੇ ਆਂ ਬਦਲਾ 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 ਆਏ ਆ ਜਾਂਦਾ ਬਦਲਾ ਆਉ ਜਾਂਦਾ ਗੋਲੀ ਨਾਲ ਜੇ ਤੁਸੀਂ ਲੋਕ ਰਾਜ ਤਰੀਕੇ ਨਾਲ ਬਦਲਾਵ ਕਰਨਾ ਚਾਹੁੰਦੇ ਤਾਂ ਅਸੀਂ ਡਾਰਵਿਨ ਥਿਉਰੀ ਪੜ੍ਹੀ ਆ ਅਸੀਂ ਥਿਉਰੀ ਆਫ ਇਵੋਲੂਸ਼ਨ ਪੜ੍ਹੀ ਆ ਜੀ ਦੇ ਵਿੱਚ ਸਾਨੂੰ ਸਿਖਾਇਆ ਗਿਆ ਲਾਈਫ ਸਾਇੰਸ ਵੀ ਜਿਹੜਾ ਬਦਲਾਵ ਅਰਬਾ ਖਰਬਾਂ ਸਾਲਾਂ ਚਾਹੁੰਦਾ ਸੋ ਇਸ ਤਰ੍ਹਾਂ ਕਿਵੇਂ ਬਦਲਾਵ ਕਰ ਦੇਣਗੇ ਦੱਸਣਾ ਜੇ ਇਹਨੇ ਲੋਕ ਖੜਿਆ ਤੁਹਾਡੀ ਜ਼ਿੰਦਗੀ ਚ ਬਦਲਾਵ ਕੀ ਹੋਇਆ ਤੁਹਾਨੂੰ ਇੱਥੇ ਦੀ ਸਿਚੁਏਸ਼ਨ ਕੀ ਲੱਗਦੀ ਆਪਾਂ ਸਾਰਾ ਦੇਖਿਆ ਢਾਈ ਢੇਰੀ ਕੀਤਾ ਪਿਆ ਜੀ ਉਹ ਵੀ ਆਪਣੇ ਵੱਲੋਂ ਪੈਸੇ ਡੋਨੇਸ਼ਨ ਦਿੱਤੀ ਕਿਸੇ ਨੇ ਉਹਦੇ ਤਰੀਕੇ ਨਾਲ ਇੱਕ ਸਰਪੰਚ ਜੀ ਕਿਸੇ ਵੀ ਪਿੰਡ ਦਾ ਸਰਪੰਚ ਹੋਵੇ ਉਹਦੀ ਸਭ ਤੋਂ ਵੱਡੀ ਫਸਟ ਪਾਇਓਰਿਟੀ ਹੁੰਦੀ ਆ ਵੀ ਮੈਂ ਆਪਦੇ ਪਿੰਡ ਨੂੰ ਸਭ ਤੋਂ ਉੱਚਾ ਕਿਵੇਂ ਲੈ ਕੇ ਜਾਵਾਂ ਹਰ ਵਕਤ ਸਰਪੰਚ ਇਹ ਚ ਚ ਲੱਗਿਆ ਰਹਿੰਦਾ ਜਿਹੜੇ ਸਰਪੰਚਾਂ ਨੂੰ ਤੁਸੀਂ ਇਹ ਦਿਖਾ ਰਹੇ ਹੋ ਅਨਾਜ ਇਹ ਸਰਪੰਚ RAMGARH ਹੈ ਇਨੇ ਨਾਲਾ ਬਣਾਇਆ 5 ਲੱਖ ਦੀ ਡੋਨੇਸ਼ਨ ਆਪ ਦੇ ਕੋਲੋਂ ਜਿੱਥੋਂ ਮਰਜੀ ਪੈਸਾ ਇਕੱਠਾ ਕੀਤਾ ਜਿਹਨੂੰ ਤੁਸੀਂ ਕਹਿੰਦੇ ਸੀ ਅਸੀਂ ਸਮਾਰਟ ਸਕੂਲ ਬਣਾਵਾਂਗੇ ਸਮਾਰਟ ਸਕੂਲ ਦੇ ਮੂਰਤੀ ਨਾਲਾ ਜੀ ਭਗਵਾਨ ਸਿੰਘ ਮਾਨ ਜੀ ਜਿਹਨੂੰ ਤੁਸੀਂ ਕਹਿੰਦੇ ਹੋ ਐਸਸੀਪਰਾ ਉਹਨਾਂ ਦੇ ਸ਼ਮਸ਼ਾਨ ਘਾਟ ਦੇ ਮੂਰਤੀ ਨਾਲਾ ਜੀ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਅਸੀਂ ਸਪੋਰਟਸ 'ਚ ਬਦਲਾਵ ਕਰਾਂਗੇ ਆ ਖਿਡਾਰੀਆਂ ਦਾ ਨੈਟ ਲੱਗਿਆ ਉਥੋਂ ਇਹ ਨਾਲਾ ਐ ਐਡਾ ਹੰਕਾਰ ਵੀ ਆਪ ਦੇ ਜਹੀ ਭੇਜ ਕੇ ਜੈਸੀ ਵੀ ਭੇਜ ਕੇ ਇੱਥੇ ਇਹ ਨਾਲਾ ਟਵਾਤਾ ਸੋ ਆਮ ਲੋਕ ਨੇ ਵਿਚਾਰੇ ਕਿਤੇ ਇਹ ਸਰਕਾਰ ਤੋਂ ਦਬ ਜਾਂਦੇ ਨੇ ਅਸੀਂ ਦਬਾਂਗੇ ਨਹੀਂ ਅਸੀਂ ਨਹੀਂ ਦਬਣ ਵਾਲੇ ਅਸੀਂ ਇਹਨਾਂ ਦੀ ਇੱਟ ਨਾਲ ਇੱਟ ਖੜਕਾ ਦੇਾਂਗੇ ਪਰ ਜਿੱਥੇ ਇਹਨਾਂ ਦਾ ਮਾਨ ਸਤਕਾਰ ਵਾਲੀ ਗੱਲ ਹੈ ਮਾਨ ਸਤਕਾਰ ਅਸੀਂ ਬਹਾਲ ਰੱਖਾਂਗੇ ਜਿਹੜੇ ਸਤਕਾਰਯੋਗ ਲੀਡਰ ਅਸੀਂ ਸਰਪੰਚ ਕੀ ਚਾਉਨੇ ਆ ਅਸੀਂ ਤਾਂ ਇਹ ਗੱਲਾਂ ਕਹੀਆਂ ਵੀ ਅਸੀਂ ਆਜ਼ਾਦ ਆ ਸਾਡਾ ਪਾਰਟੀ ਨਾਲ ਕਿਸੇ ਨਾਲ ਕੋਈ ਸਬੰਧ ਨਹੀਂ ਭਈ ਜਿਹੜੇ ਲੋਕ ਚੁਣੇਗੇ ਜਿਹਦੀ ਸਰਕਾਰ ਆਗੇ ਉਹਦੇ ਨਾਲ ਰਲ ਕੇ ਕੰਮ ਕਰਾਂਗੇ ਪਰ ਇਹਨਾਂ ਨੇ ਸਾਨੂੰ ਕਰਨ ਦਿੱਤਾ ਸੋ ਅੱਜ ਆ ਜਿਹੜਾ ਹਾਈ ਕੋਰਟ ਚ ਮਸਲਾ ਸਰਪੰਚਾਂ ਦਾ ਕੀ ਕਹਿ ਰਹੀ ਆ ਸਰਕਾਰ ਵੀ ਹਜ਼ਾਰ ਕਰੋੜ ਰੁਪਇਆ ਪੰਜਾਬ ਛਪਿਆ ਵੀ ਇਹ ਸਰਪੰਚ ਕਿਤੇ ਖੁਰਦਬੁਰਦ ਨਾ ਕਰ ਦੇਣ ਉਹ ਲਾਣਤੀਓ ਇਹ ਕਾਨੂੰਨ ਕਿਉਂ ਆ ਇਹ ਅਫਸਰ ਕਿਉਂ ਬਿਠਾਏ ਨੇ ਜੇ ਸਰਪੰਚ ਖੁਰਦਬੁਰਦ ਕਰ ਦੇਣਗੇ ਜੋ ਕਰਦਾ ਉਹਦੇ ਹੱਥ ਵੱਢ ਦੋ ਕਾਰਵਾਈ ਕਰੋ ਪਰ ਤੁਸੀਂ ਇਹ ਕਿਸ ਤਰ੍ਹਾਂ ਕਹਿ ਸਕਦੇ ਹੋ ਇਸ ਤਰ੍ਹਾਂ ਤੁਸੀਂ ਆਪ ਦੇ ਲੋਕ ਅੱਗੇ ਕਰ ਲੋਗੇ ਪੰਜਾਬ ਮੂਰੇ ਇਹ ਪੰਜਾਬ ਬੜਾ ਅਨਖੀ ਹੈ ਜੇ ਭਈ ਰਾਜਾ ਨੇ ਤੁਹਾਡੇ ਕੋਈ ਮੜਾ ਕੰਮ ਕੀਤਾ ਰਾਜੇ ਨੇ ਕੋਈ ਮੜਾ ਕੰਮ ਕੀਤਾ ਨਹੀਂ ਆਵਾਜ਼ ਉੱਚੀ ਕਰਕੇ ਕਹੋ ਨਹੀਂ ਨਹੀਂ ਫੇਰ ਫੇਰ ਇਸ ਤਰ੍ਹਾਂ ਇਹ ਕਿਸ ਤਰ੍ਹਾਂ ਇਸ ਬਦਲਾਵ ਲਿਆ ਦੇਣਗੇ ਜਾਂ ਤਾਂ ਹੁਣ ਡੱਬਿਆਂ ਚ ਆਪਦੇ ਬੰਦੇ ਬਿਠਾ ਦੇਣ ਇਹਨਾਂ ਦੇ ਸਰਪੰਚ ਜਿੱਤ ਨੇ ਸੌਖੇ ਨਹੀਂ ਅਸੀਂ ਆਪਦੇ 13 13 ਸਾਲ 14 14 ਸਾਲ ਲਾਈਫ ਦਾ 골ਡਨ ਪੀਰੀਅਡ ਪਿੰਡਾਂ ਵਾਸਤੇ ਲਾਇਆ ਪਿੰਡਾਂ ਦੇ ਲੋਕਾਂ ਵਾਸਤੇ ਲਾਇਆ ਪਰ ਹੁਣ ਵੀ ਮੈਂ ਰਾਮਗੜ੍ਹ ਦੇ ਲੋਕਾਂ ਨੂੰ ਕਹਿੰਦਾ ਵੀ ਦਬਿਓ ਨਾ ਵੋਟ ਪਾਉਗੀ ਜੇ ਰਾਜ ਨੇ ਵਧੀਆ ਕੰਮ ਕੀਤੇ ਆ ਜੇ ਖੜਦਾ ਸਾਥ ਦਿਓ ਜੇ ਮਾੜੇ ਕੰਮ ਕੀਤੇ ਆ ਬਿਲਕੁਲ ਸਾਥ ਨਾ ਖੜਿਓ ਸੋ ਇਹਨਾਂ ਦੇ ਕਿਸੇ ਬੰਦੇ ਨੇ ਜੇ ਵਧੀਆ ਕੰਮ ਕੀਤੇ ਉਹਨੂੰ ਤਾਇਦ ਕਰੋ ਮੈਂ ਨਹੀਂ ਕਹਿੰਦਾ ਪਰ ਇਹ ਯਾ ਇਹ ਯਾ ਵਾਟ ਡੂ ਯੂ ਮੀਨ ਬਾਈ ਡੈਮੋਕ੍ਰੇਸੀ ਡੈਮੋਕ੍ਰੇਸੀ ਰਹਿ ਕਿੱਥੇ ਗਈ ਦੱਸ ਦੋ ਲੋਕ ਰਾਜ ਦੀ ਸਭ ਤੋਂ ਮੁੱਢਲੀ ਜੜ ਪੰਚਾਇਤ ਜੇ ਤੁਹਾਨੂੰ ਇਹਨਾਂ 'ਚ ਵਿਸ਼ਵਾਸ ਨਹੀਂ ਇਹਨਾਂ ਨੂੰ ਕਿਸੇ ਨੂੰ ਕਾਂਗਰਸੀ ਕਹਨੇ ਹੋ ਕਿਸੇ ਨੂੰ ਅਕਾਲੀ ਕਹਨੇ ਹੋ ਉਹ ਮਰੋ ਲਾਨਤੀਓ ਅਸੀਂ ਤਾਂ ਤੁਹਾਡੇ ਨਾਲ ਖੜਨ ਨੂੰ ਤਿਆਰ ਸੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੇ ਦੋਤਾ ਪਹੁੰਚੇ ਨੇ ਅੱਜ ਗੋਵਿੰਦ ਸਿੰਘ ਲੋਂਗੋ ਵਾਲਾ ਲੋਕਾਂ ਨੇ ਗੁਹਾਰ ਲਾਈ ਪਿੰਡ ਵਾਲਿਆਂ ਨੇ ਫੋਨ ਕੀਤੇ ਕਿ ਪਹੁੰਚੋ ਕਿਵੇਂ ਲੱਗਦੇ ਹੋ ਪੂਰੇ ਹੱਕ 'ਚ ਡਟ ਗਏ ਅੱਜ ਨਹੀਂ ਹੱਕ 'ਚ ਪੰਚਾਇਤਾਂ 'ਚ ਪੰਜਾਬ 'ਚ ਕੋਈ ਡਟਿਆ ਤਾਂ ਕੌਣ ਡਟਿਆ ਮੈਂ ਤਾਂ ਕਹਿੰਦਾ ਜਿੱਥੇ ਧੱਕੇਸ਼ਾਹੀ ਹੁੰਦੀ ਹੈ ਅੱਜ ਸਾਡਾ ਕੌਮ ਦਾ ਮਹਾਨ ਜਰਨੈਲ ਸਰਦਾਰ ਸਿਮਰਜੀਤ ਸਿੰਘ ਮਾਨ ਖੜਾ ਮੇਰੇ ਵਾਸਤੇ ਖੜਾ ਹੋਰ ਲੋਕਾਂ ਵਾਸਤੇ ਖੜ ਰਿਹਾ ਲੱਖੇ ਸਦਾਣੇ ਵਾਸਤੇ ਖੜ ਰਿਹਾ ਸਿੱਧੂ ਮੂਸੇਵਾਲੇ ਦੀ ਆਵਾਜ਼ ਬੁਲੰਦ ਕਰ ਰਿਹਾ ਸੋ ਇਹ ਜੇ ਸਾਡੀ ਗੱਲ ਕਰਦਾ ਤਾਂ ਕਿਉਂ ਨਹੀਂ ਅਸੀਂ ਸਾਥ ਦੇਵਾਂਗੇ ਹੁਣ ਤੱਕ ਤਾਂ ਅਸੀਂ ਭੁੱਲੇ ਰਾਹਾਂ ਚ ਪਏ ਸੀ ਅੱਜ ਗੋਬਿੰਦ ਸਿੰਘ ਆ ਗਿਆ ਕੋਈ ਆ ਕੇ ਕਾਂਗਰਸੀ ਖੜੇ ਸਾਡੇ ਨਾਲ ਕੋਈ ਆ ਕੇ ਅਕਾਲੀ ਦਲ ਵਾਲਾ ਖੜੇ ਅਸੀਂ ਤੁਹਾਨੂੰ ਕਹਿੰਨੇ ਧੱਕੇ ਮਾਰਦੇ ਆ ਕਿਉਂ ਖੜੇ ਆ ਪਰ ਉਹਨਾਂ ਚ ਜਜ਼ਮਾਨੀ ਹੁਣ ਸਭ ਵੋਟਾਂ ਕੀ ਤੋਂ ਲੈਣੀਆਂ ਤੁਸੀਂ ਪੰਚਾਇਤਾਂ ਤੋਂ ਲੋਕਾਂ ਤੋਂ ਸਰਪੰਚਾਂ ਨੇ ਮਿੰਨਤ ਕਰਨੀਆਂ ਤੁਹਾਨੂੰ ਵੀ ਵੋਟਾਂ ਪਾ ਦਿਓ ਵੋਟਾਂ ਪਾ ਦਿਓ ਸੋ ਜੇ ਸਾਨੂੰ ਕੋਈ ਸੁਰੱਖਿਆ ਕਵਚ ਨਹੀਂ ਦੇ ਸਕਦੇ ਆ ਵਿਰੋਧੀ ਤਰ੍ਹਾਂ ਜਦੋਂ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਸਾਰੇ ਪੰਜਾਬ ਪੱਧਰ ਤੇ ਆਵਾਜ਼ ਉਠਾਈ ਤਾਂ ਕਾਂਗਰਸ ਨੇ ਇੱਕ ਕੱਠ ਰੱਖ ਲਿਆ ਮੈਂ ਤਾਂ ਦੱਸਦਾ ਹਾਸੋਹੀਣ ਚੀਜ਼ਾਂ ਕੋ ਸਰਪੰਚਾਂ ਜਿਹਦੀ ਸਰਕਾਰ ਹੁੰਦੀ ਉਹਨਾਂ ਨਾਲ ਰਲ ਕੇ ਚੱਲ ਚੱ ਕੰਮ ਕਰਦੇ ਨੇ ਕਾਂਗਰਸ ਦੀ ਸਰਕਾਰ ਸੀ ਆਪਣੇ ਨਾ ਮੰਗਾ ਮੰਨਣ ਹੰਕਾਰੀ ਰਾਜੇ ਅਮਨਿੰਦਰ ਕੋਲੇ ਗਏ ਸੋ ਉਹਨੇ ਪੰਚਾਇਤਾਂ ਨੂੰ ਜਿਹੜਾ ਸ਼ਬਦ ਬੋਲੇ ਪਤਾ ਤੁਸੀਂ ਸਰਪੰਚ ਧਰਨੇ ਲਾਉਣ ਵਾਸਤੇ ਥੋੜੀ ਆ ਤੁਸੀਂ ਤਾਂ ਚਿੱਟੇ ਕੁੜਤੇ ਪਜਾਮੇ ਪਾਉਣ ਵਾਸਤੇ ਸੋ ਇਹ ਗੱਲਾਂ ਕਹੀਆਂ ਸੋ ਅਸੀਂ ਉਹਨਾਂ ਦੇ ਨਾਲ ਖੜਦੇ ਹਾਂ ਇਲੈਕਟਿਡ ਬਾਡੀ ਦੇ ਨਾਲ ਖੜਦੇ ਹਾਂ ਪਰ ਸਾਡੇ ਤੇ ਜਦੋਂ ਵਿਪਤਾ ਪੈਂਦੀ ਹੈ ਤਾਂ ਪੰਜਾਬ ਨੂੰ ਨਾਲ ਖੜਨਾ ਪਊ ਜੇ ਇਹ ਬਦਲਾਵ ਚਾਹੁੰਦੇ ਆ ਨਹੀਂ ਤਾਂ ਬਦਲਾਵ ਨਹੀਂ ਆਉਂਦਾ ਨਹੀਂ ਤਾਂ ਇਹ ਚੀਜ਼ਾਂ 'ਚ ਕਿਸੇ ਨੇ ਅੱਗੇ ਨਹੀਂ ਆਉਣਾ ਬਾਈ ਜੀ ਨਹੀਂ ਨਹੀਂ ਤਾਂ ਪੰਜਾਬ ਸਰਕਾਰ ਨੇ ਗ੍ਰਾਂਟ ਦੇਣੀ ਚਾਹੀਦੀ ਸੀ ਇੱਥੇ 5 ਲੱਖ ਦਾ ਨੁਕਸਾਨ ਕਰਤਾ ਟੈਟੇਰੀ ਕਰਤਾ ਲੋਕਾਂ ਦਾ ਕਿਤੇ ਨਾ ਕਿਤੇ ਮਿਹਨਤ ਨਾਲ ਕਮਾਇਆ ਹੋਇਆ ਪੈਸਾ ਕੌਣ ਜ਼ਿੰਮੇਵਾਰ ਆ ਫਿਰ ਤਾਂ ਬਾਈ ਜੀ ਤੁਹਾਨੂੰ ਇੱਕ ਹੋਰ ਸਿਸਟਮ ਦੱਸ ਦਿੰਨਾ ਵੀ ਹੁਣ ਤੱਕ ਨਾ ਲੋਕਾਂ ਨੂੰ ਬੇਵਕੂਫ ਬਣਾਇਆ ਗਿਆ ਪਿੰਡਾਂ ਦੇ ਹਨ ਵੀ ਆ ਚੈੱਕ ਦੇਤਾ ਜੀ ਆ ਫਲਾਨਾ ਦੇਤਾ ਕੋਈ ਇੱਕ ਵੀ ਚੈੱਕ ਨਹੀਂ ਦਿੰਦਾ ਮੈਂ ਅੱਜ ਤੱਕ ਕਿਸੇ ਦੇ ਦਰ ਗ੍ਰਾਂਟ ਮੰਗਣ ਨਹੀਂ ਗਿਆ ਗ੍ਰਾਂਟ ਮੰਗੀ ਵੀ ਆ ਪਰ ਸਿਸਟਮ ਕੀ ਹੈ ਸਿਸਟਮ ਸਮਝਣ ਦੀ ਲੋੜ ਹੈ ਸਾਡੇ ਖਾਤੇ ਤਾਂ ਹਰ ਸਾਲ ਆਪਦੇ ਆ ਪੈਸੇ ਆ ਜਾਂਦੇ ਆ 14ਵਾਂ ਵਿੱਤ ਕਮਿਸ਼ਨ 15ਵਾਂ ਵਿੱਤ ਕਮਿਸ਼ਨ ਰੂ ਪਿੰਡ ਦੀ ਜਿੰਨੀ ਆਬਾਦੀ ਆ ਉਹਨਾਂ ਆਪਦੇ ਆ ਪੈਸੇ ਆ ਜਾਂਦੇ ਆ ਪੰਜਾਬ ਸਰਕਾਰ ਕਿਹੜਾ ਫੰਡ ਦਿੰਦੀ ਆ ਦੱਸੇ ਮੈਨੂੰ ਪਿਛਲੇ ਵਾਰ ਅਸੀਂ ਐਡੇ ਧਰਨੇ ਲਾ ਕੇ ਫੰਡ ਲੈ ਲੋਕਾਂ ਦੀਆਂ ਲੜਾਈਆਂ ਲੜੀਆਂ ਜਦੋਂ ਕਾਂਗਰਸ ਦੀ ਸਰਕਾਰ ਸੀ ਧਰਨੇ ਲਾਏ ਤੇ ਅੱਜ ਇਹ ਲਾਹਣਤੀ ਆ ਸਾਨੂੰ ਕਹਿ ਦਿੰਦੇ ਆ ਕਾਂਗਰਸੀ ਆ ਅਕਾਲੀ ਆ ਇਹ ਮਤਲਬ ਇਹ ਸਾਨੂੰ ਡੀਮੋਟੀਵੇਟ ਇਸ ਤਰ੍ਹਾਂ ਨਹੀਂ ਕਰ ਸਕਦੇ ਅਸੀਂ ਲੋਕਾਂ ਦੀ ਆਵਾਜ਼ ਸੀ ਆਵਾਜ਼ ਹਾਂ ਆਵਾਜ਼ ਬਣਾਵਾਂਗੇ ਮੈਂ ਆਉਣ ਵਾਲੇ ਲੋਕਾਂ ਨੂੰ ਕਹਿ ਦਿੰਦਾ ਨੌਜਵਾਨਾਂ ਨੂੰ ਚਾਹੇ ਉਹ ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਕਿਸੇ ਨਾਲ ਵੀ ਤੁਸੀਂ ਲੋਕਾਂ ਦੇ ਵਿੱਚ ਆ ਸਕਦੇ ਹੋ ਆਪਦੇ ਕਮਾਕਾਰਾਂ ਦੇ ਸਿਰ ਤੇ ਆਪ ਦੀ ਲੀਡਰ ਤੇ ਸਰਕਾਰ ਦੇ ਹਾਂਕੜ ਨਾਲ ਨਹੀਂ ਆ ਸਕਦੇ ਜੇ ਪਾਰਟੀ ਬੂਟੀ ਦੀ ਗੱਲ ਕਰੀਏ ਪਾਰਟੀ ਤਾਂ ਪਿੱਛੇ ਰਹਿ ਜਾਂਦੀ ਹੈ ਜੀ ਉਹ ਪਾਰਟੀ ਇਹ ਲਾਹਣਤੀਆਂ ਚਾਹੇ ਕੋਈ ਵੀ ਆ ਤੁਸੀਂ ਇਹ ਤਾਂ ਸਮਝੋ ਵੀ ਪੰਚਾਇਤਾਂ ਹੁੰਦੀਆਂ ਕੀ ਹੈ ਸਰਪੰਚ ਨੂੰ ਕੀ ਬਜ਼ੁਰਗ ਕਹਿੰਦੇ ਸੀ ਪੰਜ ਪ੍ਰਦਾਨ ਵੀ ਸਰਪੰਚਾਂ ਚ ਰੱਬ ਵਸਦਾ ਸੋ ਇਹ ਪਾਰਟੀਆਂ ਸਾਨੂੰ ਜਾਂ ਤਾਂ ਪਾਰਟੀ ਸਿੰਬਲ ਦੇਵੇ ਨਾ ਜਾਂ ਤਾਂ ਸਾਨੂੰ ਤੱਕੜੀ ਦਾ ਨਿਸ਼ਾਨ ਦੇਵੇ ਝਾੜੂ ਦਾ ਨਿਸ਼ਾਨ ਦੇਵੇ ਸਾਨੂੰ ਪੰਜੇ ਦਾ ਨਿਸ਼ਾਨ ਦੇਵੇ ਅਸੀਂ ਹੈ ਆਜ਼ਾਦ ਸਾਨੂੰ ਝਾੜੂ ਵਾਲਿਆਂ ਨੇ ਵੀ ਚੁਣਿਆ ਸਾਨੂੰ ਕਾਂਗਰਸੀਆਂ ਨੇ ਵੀ ਵੋਟ ਪਾਈ ਸਾਨੂੰ ਅਕਾਲੀ ਦਲ ਨੇ ਵੀ ਵੋਟ ਪਾਈ ਅਸੀਂ ਤਾਂ ਫਿਰ ਪਿੰਡ ਦੇ ਆ ਪਹਿਲਾਂ ਸੋ ਅੱਜ ਸਭ ਤੋਂ ਜਿਹੜੀ ਮੁੱਢਲੀ ਹੈਗੀ ਸੰਸਥਾ ਇਹ ਤੇ ਬਾਰ ਕੀਤੇ ਜਾ ਰਹੇ ਆ ਲਾਭ ਸਿਆਂ ਹੋਸ਼ ਕਰ ਤੇਰੀ ਭੂਆ ਲੱਗਦੀ ਹੈ ਉਹ ਆ ਕੇ ਕੀ ਕੁਛ ਬੋਲ ਕੇ ਗਈ ਹੈ ਇਹ ਇਹ ਲੋਕਾਂ ਚ ਹੁਣ ਮੁਸ਼ਕਾ ਆਉਂਦਾ ਆ ਕੇ ਖੜੇ ਆ ਕੇ ਜੱਫੀ ਪਾਵੇ ਨਾ ਹੁਣ ਪਤਾ ਸ਼ਾਪਿੰਗ ਆ ਕਿੱਥੇ ਕਰਦਾ ਉਹ ਜਿਹੜਾ ਅਲੰਟਾ ਮਾਲ ਹੈ ਉਥੇ ਆਪਦੇ ਚਮਚਿਆਂ ਨੂੰ ਲੈ ਕੇ ਜਾਂਦਾ ਨੌਲੇਜ ਤਾਂ ਹੈ ਨਹੀਂ ਹਜੇ ਵੀ ਪਰਫਿਊਮਾਂ ਦੀ ਉਹਨਾਂ ਤੋਂ ਪੁੱਛਦਾ ਵੀ ਕਿਹੜਾ ਲਵਾਂ ਪਰਫਿਊਮ ਲੋਂਦਾ ਇੰਗਲੈਂਡ ਜਾ ਰਿਹਾ ਆਸਟ੍ਰੇਲੀਆ ਜਾ ਰਿਹਾ ਬਦਲਾਵ ਇਹ ਆਇਆ ਇਹ ਜਹਾਜ਼ਾਂ 'ਚ ਚੜ ਗਏ ਨਾ ਜਨ ਕਿ ਸਰਪੰਚਾਂ ਦੀ ਇੱਕ ਝੂਠਤਾ ਫਿਰ ਜਿਹੜੇ ਕਿਤੇ ਨਾ ਕਿਤੇ ਹੁਣ ਚਲੋ ਪੰਚਾਇਤਾਂ ਤਾਂ ਭੰਗ ਹੋ ਗਈਆਂ ਪਰ ਜਿਵੇਂ ਤੁਸੀਂ ਸਰਪੰਚ ਨਾਲ ਰਾਜ ਸਰਪੰਚ ਨਾਲ ਖੜੇ ਹੋ ਵੀ ਤੁਸੀਂ ਇਕੱਠੇ ਹੋ ਸਾਰੇ ਬਿਲਕੁਲ ਜਿੱਥੇ ਵੀ ਤੱਕਾ ਹੋ ਰਿਹਾ ਪੰਜਾਬ 'ਚ ਠੀਕ ਆ ਜੋ ਮੇਰੇ ਨਾਲ ਹੋਇਆ ਮੇਰੇ ਨਾਲ ਜਿਹੜੀ ਵੀਡੀਓ ਵਾਇਰਲ ਹੋਈ ਉਹ ਤੁਸੀਂ ਦੇਖੀ ਸੋ ਉੱਥੇ ਦੇਖੋ ਇਹ ਮੈਂ ਐਮਐਲਏ ਦੀ ਕਦਰ ਕਰਦਾ ਪਰ ਮੈਂ ਲਾਣ ਪਿਆ ਕੁਛ ਤਾਂ ਸ਼ਰਮ ਕਰ ਉੱਥੇ ਤੁਹਾਡੇ ਮੰਗੂ ਮੀਡੀਆ ਵਾਲੇ ਖੜੇ ਸੀ ਉਹ ਜਿਹੜੀ ਵੀਡੀਓ ਉਹਨਾਂ ਨੇ ਰਿਕਾਰਡ ਕੀਤੀ ਆ ਤੇ ਮੱਕੜ ਦੇ ਸ਼ੋਅ 'ਚ ਪਤਾ ਕੀ ਕਹਿ ਰਿਆ ਕਹਿੰਦਾ ਇਹਨਾਂ ਨੇ ਐਡਿਟ ਕਰਕੇ ਵੀਡੀਓ ਪਾਤੀ ਉਹ ਸ਼ਰਮ ਕਰ ਓਏ ਜੇ ਐਡਿਟ ਕਰਕੇ ਪਾਤੀ ਤਾਂ ਲਵਾ ਇਨਕੁਆਰੀ ਜੇ ਉਹ ਵੀਡੀਓ ਐਡਿਟ ਹੋਈ ਤਾ 10 ਲੋਕਾਂ ਦੀ ਕਚੈਰੀ ਚ ਮੈਂ ਕਹਿੰਦਾ ਵੀ ਮੈਂ ਗਲ ਬਿਠਾ ਦੂੰ ਜੇ ਉਹ ਵੀਡੀਓ ਐਡਿਟ ਹੋਈ ਇਹ ਇਹ ਜਿਹਿਆਂ ਕੁਝ ਬੋਲ ਕੇ ਫਿਰ ਉਹਤੇ ਕਾਇਮ ਨਹੀਂ ਰਹਿੰਦੇ ਮੈਂ ਅੱਜ ਜਿਹੜਾ ਕੁਝ ਤੁਹਾਡੇ ਕੋਲ ਬੋਲਿਆ ਨਾ ਇਹ ਤਾਂ ਕਾਇਮ ਆ ਮੈਂ ਨਾ ਇਸ ਬਾਰੇ ਕਿਸੇ ਤੋਂ ਮਾਫੀ ਮੰਗਾ ਨਾ ਮੈਂ ਕਹਾ ਮੈਂ ਸ਼ਬਦ ਹੋਸ਼-ਹਵਾਸ਼ ਨਾਲ ਕਹਿਆ ਜੇ ਤਾਂ ਕਹਿਆ ਲੋਕਾਂ ਮੁਰੇ ਆਹ ਬਦਲਾਵ ਆ ਪੁਰਾਣਿਆਂ ਵਾਂਗੂ ਬਿਆਨ ਦਿੱਤਾ ਬਦਲ ਗਏ ਉਹ ਤਾਂ ਜੀ ਐਡਿਟ ਕਰਤੀ ਉਹ ਤਾਂ ਜੀ ਮੈਂ ਕਿਹਾ ਸੀ ਪਿਛਲਿਆਂ ਵਾਂਗੂ ਜੇ ਥੱਪੜ ਮਾਰਨ ਥੱਪੜ ਮਾਰਨ ਦੀ ਗੱਲ ਕੀਤੀ ਆ ਲੋਕ ਖੜੇ ਨੇ ਯਾਰ ਕਿਉਂ ਥੱਪੜ ਖਾਉ ਕੋਈ ਸਰਪੰਚ ਸਰਦੀਪ ਪੱਗ ਜੇ ਤੇਰੇ ਥੱਪੜ ਮਾਰਦੀ ਇੰਨੀ ਹਿੰਮਤ ਆ ਮੇਰੇ ਨਾਲ ਆ ਪੁਲਿਸ ਪੁਲਿਸ ਜੀ ਪਾਸੇ ਕਰਦੇ ਥੱਪੜ ਮਾਰ ਲੈ ਮੇਰੇ ਜਿੰਨੇ ਮਾਰਨੇ ਆ ਫਿਰ ਮੈਂ ਦੇਖ ਲੂ ਮੈਥੋਂ ਵਜਦੇ ਆ ਕਿ ਤੇਥੋਂ ਵਜਦੇ ਸੋ ਆਪਦੀ ਇੱਜ਼ਤ ਅਧਜਲ ਗਗਰੀ ਛਲਕਤ ਜਾਏ ਇਹਨਾਂ ਨੇ ਜਿਹੜਾ ਗਿਆਨ ਆ ਨਾ ਜਾਂ ਤਾਂ ਗਿਆਨ ਪੂਰਾ ਹੋਵੇ ਘੜਾ ਭਰਿਆ ਹੋਵੇ ਚਾਹੇ ਉਹਨੂੰ ਉਹ ਚ ਛੱਡ ਦੇ ਨਹਿਰ ਚ ਤਰਦਾ ਜਾਉ ਜਿਹੜਾ ਅੱਧਾ ਘੜਾ ਨਾ ਉਹ ਫਿਰ ਛਲਕਦਾ ਰਹਿੰਦਾ ਹੁਣ ਇਹਦੇ ਵਾਸਤੇ ਐਨੇ ਲੋਕ ਕਮੈਂਟ ਕਰ ਰਿਹਾ ਵੀ ਉਸ ਲਾਇਕ ਨਹੀਂ ਫਲਾਣਾ ਨਹੀਂ ਤੇਮਕਣ ਥੋੜਾ ਜਿਆਦਾ ਹੋਸ਼ ਕਰ ਇਹਨੂੰ ਹੋਸ਼ ਹੀ ਨਹੀਂ ਇਹਨੂੰ ਲੋਕਾਂ ਦਾ ਪਤਾ ਹੀ ਨਹੀਂ ਵੀ ਲੋਕ ਬਸਦੇ ਕਿੱਥੇ ਆ ਹੁਣ ਉਹ ਉੱਥੇ ਬਹਿੰਦਾ ਲਾਉਂਦਾ ਆਪਦੇ ਰਾਜ ਦਰਬਾਰ ਲਾਉਂਦਾ ਤੇ ਮਹੀਨੇ ਲੈਂਦਾ ਆਪਦੇ 6 6 7 7 ਰੱਖੇ ਬੈ ਨੇ ਪੀਏ ਤੇ ਆ ਬਦਲਾਵ ਸਾਡੇ ਹਲਕੇ ਨਾਲ ਭਗਵੰਤ ਮਾਨ ਨੂੰ ਦੇਖਦਾ ਨਾ ਕਿਸੇ ਹੋਰ ਨੂੰ ਦੇਖਦਾ ਜੇ ਭਗਵੰਤ ਮਾਨ ਇਹ ਤੇ ਕਾਰਵਾਈ ਕਰੂਗਾ ਫਿਰ 96 92 ਚ ਕੋਈ ਵੀ ਨਹੀਂ ਬਚਣਾ ਸਰਕਾਰ ਟੁੱਟ ਜਾਣੀ ਹੁਣ ਉਹਦੀ ਵੀ ਮਜਬੂਰੀ ਹੋ ਗਈ ਇੱਥੇ ਤਾਂ ਕਾਰਵਾਈ ਵੀ ਨਹੀਂ ਕਰ ਸਕਦੇ ਬਿਲਕੁਲ ਜੀ ਸੋ ਹਲਕਾ ਪਧੌੜ ਚ ਮੌਜੂਦ ਆ ਲਾਭ ਸਿੰਘ ਗੋਕੇ ਐਮ ਐਲ ਏ ਨੇ ਜਿੱਥੇ ਦੇ ਪਿੰਡ ਰਾਮਗੜ੍ਹ ਦੀਆਂ ਤਸਵੀਰਾਂ ਦਿਖਾਈਆਂ ਨੇ ਜੋ ਲਗਾਤਾਰ ਕਹਿ ਰਹੇ ਕਿ ਸਰਕਾਰ ਕਿਹੜੇ ਰਸਤੇ ਚੱਲ ਪਈ ਸਰਕਾਰ ਕੀ ਕਰ ਰਹੀ ਆ ਕਿਉਂਕਿ ਸਰਕਾਰ ਨੂੰ ਚਾਹੀਦਾ ਕਿ ਗ੍ਰਾਂਟਾਂ ਦੇਵੇ ਗਲੀਆਂ ਨਾਲੀਆਂ ਦੇ ਕੰਮ ਕਰੇ ਹੋਰ ਜਿਹੜੇ ਕਿਤੇ ਨਾ ਕਿਤੇ ਵਧੀਆ ਕੰਮ ਕਰ ਰਹੇ ਨੇ ਉਹ ਕਰੇ ਪਰ ਇੱਥੇ ਗਲੀ ਦੇ ਵਿੱਚ ਜਿਹੜਾ ਨਾਲਾ ਤੂ ਢੇ ਢੇਰੀ ਕਰਤਾ ਤੇ ਉਸ ਤੋਂ ਬਾਅਦ ਪਿੰਡ ਦੇ ਜਿਹੜੇ ਲੋਕ ਨੇ ਉਹ ਨਾਰਾਜ਼ ਹੋਏ ਤੇ ਉਹਨਾਂ ਨੇ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਨਾਲ ਸੰਪਰਕ ਕੀਤਾ ਉਸ ਤੋਂ ਬਾਅਦ ਉਹਨਾਂ ਦੇ ਦਫ਼ਤਰ ਪਹੁੰਚੇ ਨੇ ਅਤੇ ਇਕੱਠੇ ਲੋਕਾਂ ਨੇ ਆਪਣੇ ਦੁੱਖ ਦਰਦ ਦੱਸੇ ਨੇ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮੱਝਾ ਪੰਜਾਬੀ ਲੋਕ ਚੈਨਲ